ਅੱਛਾ ਕਿੰਨੇ ਤੋਂ ਕਿੰਨੇ ਪ੍ਰੋਗਰਾਮ ਮੈਂ 5 ਤੋਂ 7 ਜਾਣਾ ਦਲ ਵਾਲਾ ਅੱਖ ਦਿਖਾਉਣੀ ਆ ਰਾਤ ਨੂੰ ਭਾਈ ਜਾਨ ਗੱਲ ਇਹ ਹੈ ਕਿ ਤੁਹਾਡੀ ਕੋਈ ਵੀ ਦੁਕਾਨ ਹੈ, ਕੋਈ ਰੇਹੜੀ ਲਾਈ ਹੈ, ਕੋਈ ਬਿਜ਼ਨਸ ਆ, ਕੋਈ ਜਿਹਦੇ ਨਾਲ ਤੁਹਾਡੇ ਕਸਟਮਰ ਦਾ ਲਿੰਕ ਆ, ਉਸਤਾਦ ਜੀ ਅਜ਼ਮਾ ਕੇ ਦੇਖਣਾ ਕਿ ਸਿੱਧੀ ਗੱਲ ਕਰੋਗੇ ਨਾ ਗਾਹਕ ਨਾਲ ਕਿ ਭਾਜੀ ਇੰਨੇ ਦੀ ਮੈਂ ਚੀਜ਼ ਦੇਣੀ ਹੈ, ਇਸ ਤੋਂ ਮੈਂ ਘੱਟ ਨਹੀਂ ਕਰਨੇ, ਨਾ ਮੈਂ ਤੁਹਾਨੂੰ ਇਹ ਕਹਿਣਾ ਮੈਨੂੰ ਆਈ ਇੰਨੇ ਦੀ ਆ, ਨਾ ਮੈਂ ਤੁਹਾਨੂੰ ਕਹਿਣਾ ਕਿ ਭਾਜੀ ਵਾਰੇ ਨਹੀਂ ਖਾਂਦੀ, ਨਾ ਮੈਂ ਤੁਹਾਨੂੰ ਕਹਿਣਾ ਇੰਨੇ ਦੀ ਤਾਂ ਖਰੀਦ ਵੀ ਨਹੀਂ, ਨਾ ਮੈਂ ਤੁਹਾਨੂੰ ਕਹਿਣਾ ਇਹਨੇ ਦੀ ਤਾਂ ਘਰ ਨਹੀਂ ਪੈਂਦੀ, ਨਾ ਮੈਂ ਤੁਹਾਨੂੰ ਕਹਿਣਾ ਕਿ ਕਮਾ ਕੁਛ ਨਹੀਂ ਰਹੇ, ਚਲੋ ਲੈ ਲਓ, ਲੇਕਿਨ ਇਹ ਆ ਕਿ ਵੀ ਬੱਚਤ ਕੁਛ ਨਹੀਂ ਹੋ ਰਹੀ। ਜੇ ਉਸ ਗਾਹਕ ਨੇ ਤੁਹਾਨੂੰ ਪੈਸੇ ਵਟਾ ਕੇ ਜਾਣੇ ਨਾ, ਉਹਦੇ ਪੈਸੇ ਤੁਹਾਡੀ ਕਿਸਮਤ 'ਚ ਹੈਗੇ ਨੇ, ਅਤੇ ਤੁਸੀਂ ਕੁਛ ਵੀ ਨਾ ਇੱਦਾਂ ਦਾ ਕਹੋ, ਸਿਰਫ ਇੰਨਾ ਕਹਿ ਦਿਓ ਕਿ ਬਾਜੀ, ਭਾਜੀ, ਅੰਕਲ ਜੀ, ਬੇਟਾ, ਇਸ ਤੋਂ ਘੱਟ ਮੈਂ ਨਹੀਂ ਦੇਣੀ, ਇਸ ਤੋਂ ਘੱਟ ਮੇਰੇ ਵਾਰੇ ਨਹੀਂ, ਬਸ ਮੈਂ ਇਹਦੇ 'ਚੋਂ ਸਾਰੇ ਹੀ ਕਮਾਉਣੇ ਆ, ਮੈਂ ਇਹਦੇ 'ਚੋਂ ਸਾਰੇ ਹੀ ਘਟਾਉਣੇ ਆ, ਇਹ ਮੈਨੂੰ ਇੰਨੇ ਦੀ ਆਈ ਆ, ਨਹੀਂ ਆਈ, ਫਲਾਂ ਢੀਂਗ, ਇੱਦਾਂ ਦੀ ਕੋਈ ਗੱਲ ਨਹੀਂ ਕਰਨੀ। ਅਤੇ ਜੇ ਉਹਦੇ ਨਸੀਬਾਂ 'ਚ ਨਾ ਤੁਹਾਡੇ ਉਹਦੇ ਪੈਸੇ ਤੁਹਾਡੇ ਨਸੀਬਾਂ 'ਚ ਆ, ਉਹ ਫਿਰ ਵੀ ਆ ਜਾਣੇ। ਫਰਕ ਇੰਨਾ ਵਾ ਕਿ ਤੁਸੀਂ ਐਕਸਟਰਾ 10-12 ਲੈਣਾ ਬੋਲ ਕੇ, ਝੂਠ ਚਾ ਕੇ, ਅਤੇ ਉਹਨੂੰ ਤੁਸੀਂ ਇੱਕ ਗਲਤ ਤਰੀਕੇ ਦੇ ਨਾਲ ਤੁਸੀਂ ਲੈ ਲੈਣੇ। ਅੱਛਾ ਗੱਲ ਸੁਣੋ ਬਾਜੀ, ਚਲੋ ਲੈ ਲਓ, ਲਿਆ ਦਿਓ, ਲੈ 200 ਦਿਓ ਹੁਣ ਬਾਜੀ, 200 ਦੀ ਆਈ ਹੈ, ਯਕੀਨ ਕਰੋ, ਸਿਰਫ ਬਿੱਲ ਬੁੱਲ ਦੇਣੇ ਆ, ਬੱਚਿਆਂ ਦੇ ਖਰਚੇ ਆ, ਚਲੋ ਲਿਆਓ ਦਿਓ। ਸਮਝ ਆ ਰਹੀ ਗੱਲ ਦੀ? ਸਮਝ ਗਏ ਹੋ ਨਾ ਗੱਲ? ਸਿੱਧਾ ਠੋਕ ਵਜਾ ਕੇ ਕਹਿ ਕੇ ਚੈੱਕ ਕਰਨਾ, ਮੈਂ ਦਾਅਵੇ ਨਾਲ ਕਹਿੰਦਾ ਇਨਸ਼ਾਅੱਲਾ ਰੱਬ ਤੁਹਾਨੂੰ ਅੱਗੇ ਨਾਲੋਂ ਰਿਜ਼ਕ ਵੀ ਤੁਹਾਡਾ ਵਧਾਏਗਾ, ਗਾਹਕੀ ਵੀ ਵਧਾਏਗਾ, ਕਸਟਮਰ ਦਾ ਕਸਟਮਰ ਦੇ ਅੰਦਰ ਤੁਹਾਡੇ ਬਾਰੇ 'ਚ ਯਕੀਨ ਜਿਹੜਾ ਕਿ ਯਾਰ ਇਹ ਦੁਕਾਨਦਾਰ ਕੋਲ ਜਾਣਾ, ਉਹ ਵੀ ਵਧਾਏਗਾ। ਬਿਲਕੁਲ ਸਹੀ, ਸਮਝ ਆ ਰਹੀ? ਜਦੋਂ ਤੁਸੀਂ ਮੈਨੂੰ ਕੋ ਬੰਦਾ ਕਹੇ ਨਾ ਭਾਜੀ ਇੰਨੇ ਦੀ ਤਾਂ ਆਏ ਨਹੀਂ, ਬਾਹਰ ਉਹਨੇ ਬਕਵਾਸ ਕਰਦੇ ਆ, ਐਵੇਂ ਡਰਾਮੇ ਕਰਦੇ ਆ, ਇੱਦਾਂ ਹੀ ਕਰਦੇ ਆ, ਮੈਂ ਤੁਹਾਡੇ ਬਾਰੇ 'ਚ ਵੀ ਇੱਕ ਇਮੇਜ ਬਣਾ ਲੈਣਾ ਕਿ ਵੀ ਇਹ ਬੰਦੇ ਨਹੀਂ ਸਹੀ। ਤੁਸੀਂ ਕਹਿਣਾ ਨਾ ਭਾਈ ਚੱਲ ਕੋਈ ਨਹੀਂ ਯਾਰ, ਬਾਜੀ ਇੰਨੇ ਤੋਂ ਘੱਟ ਪਾਏ ਨੇ, ਇੰਨੇ ਤੋਂ ਘੱਟ ਯਾਰ, ਇੰਨੇ ਤੋਂ ਘੱਟ ਚੀਜ਼ ਵਾਰੇ ਹੀ ਨਹੀਂ। ਅਤੇ ਜ਼ਿਹਨ 'ਚ ਰੱਖਣਾ ਆਪਣੀ ਦੁਕਾਨਦਾਰੀ ਨੂੰ ਥੋੜ੍ਹਾ ਜਿਹਾ, ਨਿਰਾਖੀ ਕੀ ਨਾ ਸਿੱਖੋ, ਹੋਰ ਵੀ ਕੰਮ ਸਿੱਖੋ ਕੋਈ। ਸਹੀ ਬਾਤ, ਸਮਝ ਆਈ? ਜ਼ਿੰਦਗੀ 1 2 3 4। ਸਭ ਤੋਂ ਪਹਿਲੇ ਲੱਗ ਰਹੀ ਯਾਰ ਕੁਛ ਐਵੇਂ 5-7 ਕਮੈਂਟਸ ਨੇ ਜਿਹੜੇ ਨਵੇਂ ਸੈੱਟ ਦੇ ਬਾਰੇ 'ਚ, ਕਰੈਕਟਰਾਂ ਦੇ ਬਾਰੇ 'ਚ, ਸਾਰਿਆਂ ਦੇ ਬਾਰੇ 'ਚ, ਉਹ ਮੈਂ ਤੁਹਾਨੂੰ ਪਹਿਲੇ ਸੁਣਾਉਂਦਾ ਥੋੜ੍ਹੇ ਜਿਹੇ ਤਰ੍ਹਾਂ। ਸਾਡੇ ਨਾਲ ਜਨਾਬ ਆਪਣਾ ਜਿੰਨ ਭਾਜੀ ਨੇ, ਭਾਜੀ ਮੈਂ ਜਾਣਾ ਸੀਗਾ, ਮੇਰੇ ਕੋਲ ਟਾਈਮ ਥੋੜ੍ਹਾ ਵਾ, ਕਮੈਂਟ ਭਾਜੀ ਤੁਹਾਡਾ ਨਾਲ ਪਤਾ ਕਿੰਨਾ ਪਿਆਰ ਕਰਦੇ ਆ, ਪੂਰੇ ਕੋ ਕਾਫ 'ਚ, ਇੱਧਰ ਪੂਰੇ ਇੱਧਰ ਇੱਧਰ ਕਿਤੇ ਕਾਫ ਗੈਨ ਲਾਮ ਮੀਮ 'ਚ ਕਿਤੇ ਤੁਹਾਡਾ ਨਹੀਂ ਕਰਦਾ ਜਿੰਨਾ ਉਹ ਕਰਦੇ ਪਏ ਤੁਹਾਡੇ ਨਾਲ। ਸਰ ਉਹਨਾਂ ਦੀ ਮੁਹੱਬਤ ਆ, ਲੇਕਿਨ ਕਮੈਂਟਸ ਫੇਰ ਪਾ ਲਿਓ, ਮੈਂ ਨਿਕਲਣਾ ਸੀ ਜਿਹੜਾ ਗੱਲਾਂ ਬਾਤਾਂ। ਨਹੀਂ ਨਹੀਂ ਤੁਸੀਂ ਹੁਣ ਐਵਰੀ ਵੀਕ ਇੱਥੇ ਤੁਸੀਂ ਹਾਜ਼ਰੀ ਦਿਆ ਕਰਨੀ, ਸਿਰਫ ਕਮੈਂਟ ਤੁਹਾਡੇ ਬਾਰੇ 'ਚ ਵੀ ਨਹੀਂ ਹੈਗੇ, ਲੇਕਿਨ ਫਿਰ ਵੀ ਮੈਂ ਪੜ੍ਹਦਾ। ਲਓ ਜੀ, ਸਭ ਤੋਂ ਪਹਿਲਾਂ ਜੀ ਸਾਡਾ ਕਾਟ ਜੀ ਸੋਨਿਕ ਸਾਇਨੋਪਿਸ 45। ਅੱਛਾ ਸਜਾਜਨੀ, ਮੇਰੇ ਪਿਆਰੇ ਉਸਤਾਦ ਕੋ ਅੱਲਾ ਨੇ ਇਤਨਾ ਟੈਲੈਂਟ ਦਿਆ ਹੈ, ਫਿਰ ਵੀ ਇਹ ਫਜ਼ੂਲ ਗਾਣੇ ਕਿਉਂ ਐਡ ਕਰਤੇ ਹੈ? ਪਹਿਲਾ ਕਮੈਂਟ ਠੀਕ ਹੈ ਜੀ। ਅੱਛਾ ਭਾਈ ਜਾਨ ਬਾਤ ਇਹ ਹੈ, ਬਲਕਿ ਬਾਕੀ ਤੁਹਾਨੂੰ ਥੱਲੇ ਮੇਰੇ ਆਪੇ ਹੀ ਥੋੜ੍ਹੇ ਲੋਕ ਕਮੈਂਟ ਕਰ ਦਿੰਦੇ ਨੇ, ਲੋਕ ਤੁਹਾਨੂੰ ਰਿਪਲਾਈ ਕਰ ਦਿੰਦੇ ਨੇ, ਠੀਕ ਹੈ ਜੀ। ਅਤੇ ਚਲੋ ਅਗਲਾ ਸੁਣ ਲਓ ਜੀ।
ਜ਼ੈਨ ਅਲੀ ਵਿਊਜ਼ ਭਾਅ ਜੀ ਕਹਿੰਦੇ ਨੇ 27-23 ਇਹਨੇ ਸ਼ਰਟ ਪਾਈ ਸੀ ਦਵਾਣੇ ਵਾਲੀ ਅਤੇ ਪਿੱਛੇ ਬਿੱਲੀ ਬੋਲ ਰਹੀ ਸੀ ਅਤੇ ਮੈਂ ਕਿਹਾ ਯਾਰ ਇਹ ਕੀ ਕਹਿ ਰਹੀ ਹੈ ਅਤੇ ਉਹਨੇ ਕਿਹਾ ਕਹਿੰਦੀ ਹੈ ਇਹਦੀ ਸ਼ਰਟ ਲਵਾਓ ਮੇਰਾ ਮੂਡ ਬਣੇ ਠੀਕ ਹੈ ਜੀ ਅਨਸ ਮਕਸੂਦ ਭਾਅ ਜੀ ਕਹਿ ਰਹੇ ਨੇ ਸਜਾਦ ਬਾਈ ਕਾਰਪੇਟ ਚੇਂਜ ਕਰ ਲਏ ਐਵਰੀਥਿੰਗ ਇਜ਼ ਲੁਕਿੰਗ ਅਮੇਜ਼ਿੰਗ ਕਾਰਪੇਟ ਤਾਂ ਦੱਸ ਦਿਓ ਜ਼ਰਾ ਵੀ ਓਕੇ ਅੱਜ ਇਹਨਾਂ ਨੂੰ ਭੇਜਿਆ ਸੀ ਮੈਂ ਕਾਰਪੇਟ ਲੈਣ ਅਤੇ ਇਹਨੂੰ ਜ਼ਰਾ ਪੁੱਛੋ ਵੀ ਕਿੰਨਾ ਖਪੇ ਸੀ 7 ਘੰਟੇ ਲੱਗ ਗਏ ਸੀ ਇੱਥੋਂ ਇਸ ਤੋਂ ਇਲਾਵਾ ਬਾਕੀ ਹੋਰ ਕੋਈ ਹੁੰਦਾ ਨਾ ਤੂੰ ਕਹਿਣਾ ਸੀ ਇਹਨੂੰ ਤਾਂ ਫੌਰਨ ਹੀ ਬਦਲਾਉਣਾ ਭਾਜਨ ਅੱਛਾ ਅੱਛਾ ਜੀ ਆਤਿਫ ਅਲੀ ਭਾਅ ਜੀ 27-94 ਕਹਿ ਰਹੇ ਨੇ ਯਾਰ ਨਿਊ ਸਟੈਪ ਦਾ ਸਾਨੂੰ ਕੋਈ ਭਾਰ ਨਹੀਂ ਜਾਨੀ ਭਾਈ ਬਸ ਤੁਸੀਂ ਟਾਈਮ ਸਾਰੇ ਅੱਜ ਟਾਈਮ ਸਿਰ ਆ ਜਾਇਆ ਕਰੋ ਕਿਸੇ ਟਾਈਮ ਦਾ ਇੰਤਜ਼ਾਰ ਕਰ ਰਹੇ ਸੀ ਤੁਸੀਂ ਵੈਸੇ ਬਾਹਰ ਯੇ ਵੋ ਅੱਛਾ ਭਾਅ ਜੀ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਵਾਂ ਤੁਸੀਂ ਨਾ ਇਸਤਾ ਇਸਤਾ ਕੋਈ ਥੋੜ੍ਹਾ ਮਤਲਬ ਨਾ ਮਤਲਬ ਤੁਸੀਂ ਆਪ ਸਮਝਦਾਰ ਜੀ ਲੇਕਿਨ ਕਿਤੋਂ ਵੀ ਕੋਈ ਗੱਲ ਅੱਛੀ ਮਿਲ ਜਾਏ ਨਾ ਤੁਹਾਨੂੰ ਉਹਨੂੰ ਬੰਦੇ ਨੂੰ ਕੈਚ ਕਰਨਾ ਚਾਹੀਦਾ ਸਿੱਖਣਾ ਚਾਹੀਦਾ ਯਾਰ ਨਿਊ ਸੈਟਅਪ ਦਾ ਸਾਨੂੰ ਕੋਈ ਭਾਰ ਨਹੀਂ ਜਾਨੀ ਭਾਅ ਜੀ ਮੁਹੱਬਤ ਆ ਤੁਹਾਡੀ ਤੁਸੀਂ ਅੱਗੇ ਮੁਹੱਬਤ ਕੀਤੀ ਲੇਕਿਨ ਨਿਊ ਸੈਟਅਪ ਦਾ ਸਿਰਫ ਇੰਨਾ ਕਹਿੰਦੇ ਤੁਸੀਂ ਜਾਨੀ ਭਾਈ ਸੈੱਟ ਮਾਸ਼ਾਅੱਲਾ ਬਹੁਤ ਅੱਛਾ ਹੈ ਸਭ ਬਹੁਤ ਅੱਛੇ ਲੱਗ ਰਹੇ ਥੇ ਲੇਕਿਨ ਇੱਕ ਆਪਸੇ ਮਿਹਰਬਾਨੀ ਕਰੇ ਕਿ ਟਾਈਮ ਪੇ ਸ਼ੋਅ ਕਰ ਦਈਏ ਸਿੰਪਲ ਠੀਕ ਹੈ ਜੀ ਇਹ ਲਫ਼ਜ਼ ਸਖ਼ਤ ਨੇ ਨਿਊ ਸੈਟ ਦਾ ਸਾਨੂੰ ਕੋਈ ਭਾਰ ਨਹੀਂ ਮਤਲਬ ਅਸੀਂ 15 ਦਿਨ ਹੋ ਗਏ ਇੱਥੇ ਜ਼ਲੀਲ ਹੋ ਗਏ ਤੁਹਾਨੂੰ ਭਾਰ ਹੀ ਕੋਈ ਨਹੀਂ ਗਲਤ ਗੱਲ ਇਹਨਾਂ ਕਹਿੰਦੇ ਇੱਕ ਭਾਈਜਨ ਬਹੁਤ ਅੱਛਾ ਹੈ ਆਪਨੇ ਹਮਾਰੀ ਮੁਹੱਬਤ ਮੇਂ ਬਣਾਇਆ ਸਾਰਾ ਕੁਛ ਸਾਨੂੰ ਕੋਈ ਲੋੜ ਨਹੀਂ ਸੀ ਬਣਾਉਣ ਦੀ ਭੈਣ ਸਾਡੇ ਤੁਸੀਂ ਤਾਂ ਵੇਖੀ ਜਾ ਰਹੇ ਸੀ ਲੇਕਿਨ ਥੋੜ੍ਹਾ ਬਾਹਰ ਅੰਦਰ ਵੀ ਝਾਤੀ ਮਾਰਿਆ ਕਰੋ ਭੈਣ ਮਾਰਕੀਟ ਆ ਸਮਝ ਆ ਰਹੀ ਹੈ ਤੁਹਾਨੂੰ ਭਾਰ ਇਹਦਾ ਹੋਣਾ ਚਾਹੀਦਾ ਵਾ ਹੁਣ ਅਗਲਾ ਕਮੈਂਟ ਕਰਨਾ ਚਾਹੁੰਦੀ ਭਾਈ ਸੈੱਟ ਬਹੁਤ ਅੱਛਾ ਹੈ ਸਭ ਕੁਛ ਅੱਛਾ ਲੇਕਿਨ ਪ੍ਰੋਗਰਾਮ ਟਾਈਮ 'ਤੇ ਕਰਦੀ ਆ ਕਰੇ ਇੰਨੀ ਗੱਲ ਸੀ ਅੱਛਾ ਜੀ ਮੁਹੰਮਦ ਕਲੀਮ ਭਾਅ ਜੀ ਕਹਿ ਰਹੇ ਨੇ 42-51 ਸਭ ਤੋਂ ਪਹਿਲੇ ਨਿਊ ਸੈੱਟ ਕੀ ਢੇਰੋਂ ਢੇਰ ਮੁਬਾਰਕੇ ਇਹ ਦੀ ਗੱਲ ਬਹੁਤ ਹੀ ਉਮਦਾ ਸ਼ੋਅ ਕੀਆ ਜਾਨੀ ਭਾਈ ਪੂਰੀ ਟੀਮ ਨੇ ਚਾਰ ਚਾਂਦ ਲਗਾ ਦੀਏ ਸ਼ੋਅ ਕੋ ਔਰ ਵੀ ਔਰ ਆਪਸੇ ਬੜ ਕੇ ਸਭ ਤੋਂ ਬੜ ਕੇ ਸਦਾਕਤ ਬਾਈ ਕੋ ਸੁਣ ਕੇ ਸਵਾਦ ਆ ਗਿਆ ਠੀਕ ਹੈ ਜੀ ਅੱਛਾ ਜੀ ਅਲੀ ਰਜ਼ਾ ਭਾਅ ਜੀ 56 ਅਤੇ ਜਾਨੀ ਭਾਈ ਫੈਮਿਲੀ ਵੀ ਕਹਤੇ ਹੈ ਔਰ ਐਸੇ ਵੀ ਕਹਤੇ ਹੈ ਫੈਮਿਲੀ ਮੇਂ ਕੋਈ ਸ਼ੁਕਰੀਆ ਕੋਈ ਅਹਿਸਾਨ ਨਹੀਂ ਹੋਤਾ ਆਪ ਖਾਲੀ ਸੈੱਟ ਕੀ ਵੀ ਵੀਡੀਓਜ਼ ਡਾਲਦੇ ਹਮ ਵੋ ਵੀ ਦੇਖੇਂਗੇ ਮੁਹੱਬਤ ਹੈ ਅੱਲਾ ਪਾਕ ਸਭ ਕੋ ਸਲਾਮਤ ਰੱਖੇ ਯਾਰ ਕੇ ਲਵ ਯੂ ਯਾਰ ਅੱਛਾ ਜੀ ਯੂਜ਼ਰ ਭਾਅ ਜੀ ਅੱਗੇ ਪਤਾ ਨਹੀਂ ਸਦਾਕਤ ਭਾਅ ਜੀ ਕਾ ਨਾਮ ਸੋਨੂ ਭਾਅ ਜੀ ਰੱਖਦੇ ਕੈਪਟਨ ਅਲੀ ਫਰੋਮ ਲੰਡਨ ਭਾਅ ਜੀ ਕਹਿ ਰਹੇ ਨੇ ਸੋਨੂ ਭਾਅ ਜੀ ਸੋਨੂ ਅੱਛਾ ਜੀ ਅੱਗੋਂ ਆਤਫ ਭਾਅ ਜੀ ਫਿਰ ਸਿੰਧੂ ਭਾਅ ਜੀ ਕਹਿ ਰਹੇ ਨੇ ਸਦਾਕਤ ਭਾਅ ਜੀ ਬਹੁਤ ਅੱਛੇ ਇਨਸਾਨ ਹੈ ਉਸਤਾਦ ਜੀ ਕੰਟੀਨਿਊ ਇਨਕੋ ਸਾਥ ਰੱਖੇ ਇਹ ਮੈਂ ਤੁਹਾਨੂੰ ਬਾਅਦ 'ਚ ਦੱਸ ਦਿਆਂ ਇਹਨਾਂ ਦੇ ਬਾਰੇ 'ਚ ਇੱਕ ਗੱਲ ਅੱਛਾ ਜੀ ਫਿਰ ਸਾਨੂੰ ਮੁਬਾਰਕਾਂ ਸਭ ਨੂੰ ਮੁਬਾਰਕਾਂ ਹਮਾਰੇ ਘਰ ਕੀ ਰੈਨੋਵੇਸ਼ਨ ਹੋ ਗਈ ਠੀਕ ਹੈ ਕਿੱਡੀ ਅੱਛੀ ਗੱਲ ਲਿਖੀ ਹੈ ਹਮਾਰੇ ਘਰ ਕੀ ਵਾਹ ਵਾਹ ਅੱਛਾ ਜੀ ਇਸਰਾਰ ਭਾਅ ਜੀ ਕਹਿ ਰਹੇ ਨੇ ਅੱਬਾਸ ਕਹਾਂ ਹੈ ਕੈਸੀ ਕੈਸੀ ਕਿਸੀ ਕੋ ਪਤਾ ਹੈ ਤੋ ਪਲੀਜ਼ ਬਤਾਏ ਵੋ ਨਜ਼ਰ ਨਹੀਂ ਆ ਰਿਹਾ 10-15 ਸ਼ੋਅ ਸੇ ਭਾਅ ਜੀ ਉਹਨੂੰ ਉਸ ਕੀ ਤਰ੍ਹਾਂ ਤਬੀਅਤ ਖਰਾਬ ਹੈ ਥੋੜ੍ਹੀ ਔਰ ਵੀ ਕਾਫੀ ਮਸਾਇਲ ਹੈ ਜੋ ਕਿ ਯਹਾਂ ਪੇ ਬਤਾਨੇ ਵਾਲੇ ਨਹੀਂ ਹੈ ਕਿਉਂਕਿ ਮੈਂ ਬਤਾ ਕੇ ਮੁਝੇ ਸ਼ਰਮਿੰਦਗੀ ਹੋਣੀ ਸ਼ੁਰੂ ਹੋ ਗਈ ਹੈ ਸ਼ੋਅ ਖਤਮ ਹੋਤੇ ਵਕਤ ਇੱਕ ਸੌਂਗ ਰੋਜ਼
ਸਮਝ ਤੋਂ ਗਏ ਹੋਣਗੇ। ਓਕੇ ਅੱਛਾ ਜੀ, ਅਬਦੁਰਮਾਨ ਭਾਅ ਜੀ ਕਹਿ ਰਹੇ ਆ ਜਾਨੀ ਭਾਅ ਜੀ ਸ਼ੋਅ ਸ਼ੁਰੂ ਹੋਣ। ਅੱਛਾ ਨਹੀਂ ਉਹੀ ਸੀ ਯੂਜ਼ਰ ਭਾਅ ਜੀ, ਵੈਲਕਮ ਸਦਾਕਰ ਭਾਅ ਜੀ, ਲਵ ਯੂ ਉਸਤਾਦ ਜੀ, ਕੈਪਟਨ ਅਲੀ ਫਰੋਂ ਲੰਦਨ, ਦੂਜਾ ਕਮੈਂਟ ਸੀ ਇਹਨਾਂ ਦਾ। ਅੱਛਾ ਜੀ, ਸ਼ਹਿਰ ਯਾਰ ਰਵਾਨ ਨੋ ਓਫਿਸ਼ਲ, ਜਨਾਬ ਹਰ ਸ਼ੋਅ ਕਰਨਾ ਸਦਾਕਤ ਭਾਅ ਜੀ ਕੇ ਲੀਏ ਮੁਸ਼ਕਿਲ ਹੋਗਾ, ਵੀਕਐਂਡ ਵਾਲਾ ਠੀਕ ਹੈ, ਏਕ ਦਿਨ ਜਾਂ ਦੋ ਦਿਨ ਮੇਂ ਤਿੰਨ ਚਾਰ ਸ਼ੋਜ਼ ਰਿਕਾਰਡ ਕਰੇ ਔਰ ਵੀਕਐਂਡ ਪਰ ਅਪਲੋਡ ਹੋ ਜਾਏ। ਯੈਸ। ਅੱਛਾ ਜੀ, ਅੱਗੇ ਇੱਕ ਭਾਅ ਜੀ ਕਹਿ ਰਹੇ ਨੇ ਅਲੀ ਹਸਨੈਨ ਬੁੱਟਾ, ਭਾਅ ਜੀ ਜਾਨੀ ਭਾਈ ਕੀ ਆਂਖੋਂ ਮੇਂ ਹਮਾਰੇ ਲੀਏ ਇੱਕ ਚਮਕ ਔਰ ਪਿਆਰ ਸਾਫ਼ ਨਜ਼ਰ ਆ ਰਿਹਾ ਹੈ, ਔਰ ਇਹਨਾਂ ਨੂੰ ਮੈਂ ਥੱਲੇ ਇੱਕ ਕਮੈਂਟ ਵੀ ਕੀਤਾ ਸੀ ਕਿ ਭਾਅ ਜੀ ਰੱਬ ਦੀ ਕਸਮ ਹੈ ਤੁਸੀਂ ਸਹੀ ਗੱਲ ਕੀਤੀ। ਅੱਛਾ ਜੀ, ਜਾਨੀ ਭਾਅ ਜੀ ਪਾਕ, ਭਾਅ ਜੀ ਇੱਕ ਪਾਕ ਪਾਕ ਜਾਨੀ ਭਾਈ ਕਾਂਡਲੀ ਕਾਂਡਲੀ ਇਸ ਪ੍ਰੋਗਰਾਮ ਮੇਂ ਜਸਟ ਪਾਂਚ ਮਿੰਟ ਕੇ ਲੀ ਮਿਊਜ਼ਿਕ ਸਿਖਾਏ ਡੇਲੀ ਕਿ ਕੋਈ ਨਾ ਕੋਈ ਏਕ ਬਾਤ ਪਲੀਜ਼ ਪਲੀਜ਼ ਲਓ ਲਓ ਜੀ ਇਹਨੇ ਸੀ ਭਾਅ ਜੀ, ਮਿਹਰਬਾਨੀ ਤੁਸੀਂ ਇਹ ਮੇਰਾ ਸੁਣ ਲਿਆ, ਇਹਦੇ ਲਈ ਤੁਹਾਡਾ ਬਹੁਤ ਸ਼ੁਕਰੀਆ, ਮਿਹਰਬਾਨੀ। ਹੁਣ ਸਦਾਕਤ ਭਾਅ ਜੀ ਦੀ ਗੱਲ ਸੁਣ ਲਓ, ਤੁਸੀਂ ਉਹ ਮੇਰੇ ਵੀਰ, ਤੁਸੀਂ ਉਹ ਮੇਰੀ ਫੈਮਿਲੀ, ਤੁਸੀਂ ਉਹ, ਤੁਹਾਡੇ ਤੋਂ ਮੈਂ ਉਮੀਦ ਨਹੀਂ ਕਰਦਾ ਕਿ ਤੁਸੀਂ ਐਸੀ ਗੱਲ ਕਰੋ ਕਿ ਤੁਸੀਂ ਕਿਸੇ ਆਪਣੀ ਫੈਮਿਲੀ ਮੈਂਬਰ ਨੂੰ ਡੀਗ੍ਰੇਡ ਕਰੋਗੇ। ਸਰ ਦੇਖੋ ਫੈਮਿਲੀ ਇਹ ਪੰਜੇ ਹੀ ਉੱਤੋਂ ਨਹੀਂ ਡਿੱਗੇ ਇੱਕਦਮ ਫੈਮਿਲੀ ਬਣ ਕੇ ਪੈਕੇਜ, ਇਹ ਫੈਮਿਲੀ ਨਹੀਂ ਸੀ, ਬਣ ਗਈ, ਇਹ ਫੈਮਿਲੀ ਹਾਲੇ ਵੀ ਨਹੀਂ, ਠੀਕ ਹੈ। ਓਏ ਕਮੈਂਟ ਖੜ ਜਾ, ਇਹਨੇ ਹਲੇ ਪੇਪਰ ਜਮ੍ਹਾਂ ਕਰਾਏ ਹੈ, ਠੀਕ ਹੈ ਜੀ। ਅੱਛਾ, ਉਸ ਤੋਂ ਬਾਅਦ ਜਿਹੜੇ ਪਹਿਲੇ ਸੀ ਬਣ ਗਏ ਨਾ, ਸਦਾਕਤ ਭਾਅ ਜੀ ਦਾ ਮੈਂ ਤੁਹਾਨੂੰ ਦੱਸਦਾ, ਇਹਨਾਂ ਦਾ ਇਹਤਰਾਮ ਅਦਬ ਕਰਿਆ ਕਰੋ, ਕਿਸੇ ਦੀ ਵੀ ਦਿਲ ਉਜ਼ਾਰੀ ਨਹੀਂ ਕਰਨੀ ਯਾਰ ਤੁਸੀਂ ਅੱਜ ਤੋਂ ਬਾਅਦ, ਜਿੰਨੇ ਕਿਸੇ ਦੀ ਦਿਲ ਉਜ਼ਾਰੀ ਕੀਤੀ ਮੈਂ ਉਹਨੂੰ ਬਲੌਕ ਕਰ ਦਿਆਂਗਾ, ਕਮੈਂਟਸ ਦੁਬਾਰਾ ਨਹੀਂ ਕਰ ਸਕੇਗਾ। ਅਤੇ ਲਿਆਦਾ ਭਾਅ ਜਾਨ ਗੱਲ ਇਹ ਹੈ, ਤੁਹਾਡੀ ਇੱਜ਼ਤ ਵੀ ਮੇਰੀ ਇੱਜ਼ਤ ਆ, ਮੇਰੀ ਇੱਜ਼ਤ ਤੁਹਾਡੀ ਇੱਜ਼ਤ ਆ। ਸਦਾਕਤ ਭਾਅ ਜੀ ਬੈਠੇ ਸੀ, ਮੈਂ ਹੁਣ ਤੁਹਾਨੂੰ ਅੱਗੇ ਇੱਕ ਸ਼ੋਅ 'ਚ ਦੱਸਿਆ ਸੀ, ਮੇਰਾ 25 ਸਾਲ ਪੁਰਾਣਾ ਤਲਕ ਆ, 25 ਸਾਲ ਪਹਿਲੇ ਜਦੋਂ ਮੈਂ ਛੋਟਾ ਜਿਹਾ ਹੁੰਦਾ ਸਾਂ, ਇਹਨਾਂ ਨੇ ਮੇਰੇ ਨਾਲ ਉਦੋਂ ਮੁਹੱਬਤਾਂ ਕੀਤੀਆਂ ਨੇ, ਉਦੋਂ ਮੈਨੂੰ ਸ਼ੌਕ ਹੁੰਦਾ ਸੀ ਅਤੇ ਮੈਨੂੰ ਕੀਬੋਰਡ ਇਹਨਾਂ ਨੇ ਮਾੜਾ ਮਾੜਾ ਦੱਸਣਾ, ਇਹਨਾਂ ਨੇ ਹਾਰਮੋਨੀਅਮ, ਇਹਨਾਂ ਨੇ ਗਾਣੇ ਮੇਰੇ ਕੋਲ ਸੁਣਨੇ ਬਗੈਰ ਕਿਸੇ ਲਾਲਚ ਤੋਂ ਕਿਸੇ ਗੱਲਬਾਤ ਤੋਂ, ਠੀਕ ਹੈ ਜੀ, ਕਿਉਂਕਿ ਉਹ ਸਿੰਗਰ ਸੀ, ਠੀਕ ਹੈ। ਅੱਜ 25 ਸਾਲ ਬਾਅਦ ਮੈਂ ਦੇਖਦਾ ਕਿ ਯਾਰ ਅੱਜ ਮੈਂ ਇਸ ਕਾਬਲ, ਰੱਬ ਨੇ ਮੈਨੂੰ ਕਰਤਾ ਤੁਹਾਡੇ ਪਿਆਰ ਦੀ ਵਜ੍ਹਾ ਤੋਂ ਕਿ ਮੈਂ ਇਹਨਾਂ ਨੂੰ ਥੋੜ੍ਹਾ ਜਿਹਾ ਪੁਸ਼ ਕਰ ਸਕਦਾ, ਸਹੀ ਬਾਤ, ਅਤੇ ਉਹ ਪੁਸ਼ ਆਪਾਂ ਕਰਨਾ, ਮੈਂ ਨਹੀਂ ਕਰਨਾ। ਅਤੇ ਉਹਦੇ 'ਚ ਕੋਈ ਬੰਦਾ ਕਹੇ ਗਾਣੇ ਕੱਢੋ, ਰੌਲਾ ਗਾਣਿਆਂ ਦਾ ਨਹੀਂ ਭਾਅ ਜੀ, ਨਾ ਮਿਊਜ਼ਿਕ ਦਾ, ਰੌਲਾ ਮੇਰੇ ਉਸ ਯਾਰ ਦਾ, ਸਦਾਕਤ ਭਾਅ ਜੀ ਦਾ, ਮੇਰੇ ਉਦੋਂ ਉਹ ਮਤਲਬ ਮੇਰੇ ਵੱਡੇ ਨੇ ਜੀ, ਜਿਨ੍ਹਾਂ ਨੇ ਉਦੋਂ ਮੇਰੇ ਨਾਲ ਪਿਆਰ ਕੀਤਾ ਜਦੋਂ ਮੈਨੂੰ ਇਹ ਵੀ ਕਹਿ ਸਕਦੇ ਓਏ ਛੱਡ ਦਿਓ ਯਾਰ, ਉਹਨਾਂ ਨੇ ਕਿਹਾ ਬੇਟਾ ਤੈਨੂੰ ਸ਼ੌਕ ਹੈ ਇੱਧਰ ਆ, ਇੱਦਾਂ ਇੱਦਾਂ ਇੱਦਾਂ, ਮਤਲਬ ਆਪਣੀ 1-1.5 ਲੱਖ ਲਈ ਕੀਬੋਰਡ ਮੇਰੇ ਅੱਗੇ ਰੱਖਦੇ ਨੇ ਸਰ, ਅਤੇ ਉਹ ਇਸ ਗੱਲ ਨੂੰ ਸਮਝੋ, ਗਾਣੇ ਦੀ ਗੱਲ ਨਹੀਂ ਗੀ, ਉਹ ਗਾਣੇ ਤੋਂ ਬਗੈਰ ਵੀ ਬੈਠੇ ਰਹਿਣ ਭਾਵੇਂ, ਉਹਨਾਂ ਦੀ ਰਿਸਪੈਕਟ ਕਰਨੀ ਹੈ ਕਿਉਂਕਿ ਸਾਡੀ ਫੈਮਿਲੀ, ਮੈਨੂੰ ਉਹਨਾਂ ਨੇ ਮੁਹੱਬਤ ਕੀਤੀ ਹੈ 24-25 ਸਾਲ ਪਹਿਲੇ, ਠੀਕ ਹੈ ਨਾ। ਅਤੇ ਹੁਣ ਮੇਰਾ ਦਿਲ ਕਰਦਾ ਕਿ ਮੈਂ ਉਹਨਾਂ ਨੂੰ ਰਿਟਰਨ, ਉਹ ਗਾਉਂਦੇ ਨੇ ਲੋਕਾਂ ਨੂੰ ਪਤਾ ਲੱਗੇ ਕਿ ਯਾਰ ਸਦਾਕਤ ਭਾਅ ਜੀ ਵੀ ਕੋਈ ਸਿੰਗਰ ਨੇ, ਨਹੀਂ ਬਣਦਾ ਇੱਦਾਂ, ਇਹ ਰੌਲਾ ਪੈਣ, ਗਾਣੇ ਦਾ ਰੌਲਾ ਨਹੀਂ ਇਹ ਜ਼ਿਹਨ 'ਚ ਰੱਖਣਾ, ਗਾਣਾ ਤਾਂ ਮੇਰੇ ਤੋਂ ਅੱਛਾ ਕਿੰਨੇ ਗਾਉਣਾ, ਮੇਰੇ ਤੋਂ ਮਤਲਬ ਚਲੋ ਜੇ ਮੈਂ ਨਹੀਂ ਗਾ ਰਿਹਾ ਅਤੇ ਤੁਹਾਨੂੰ ਕੋਈ ਮੇਰੇ ਤੋਂ ਹਲਕਾ ਸਿੰਗਰ ਚਾਹੀਦਾ ਤਾਂ ਨੋਨੀ ਗਾ ਲੈਂਦਾ, ਠੀਕ ਹੈ। ਅਤੇ ਜੇ ਸਾਨੂੰ ਸਾਡੇ ਦੋਵਾਂ ਤੋਂ ਮਹਾਨ ਐਸਾ ਬੰਦਾ ਚਾਹੀਦਾ ਜਿਹੜਾ ਤੁਹਾਨੂੰ ਗਸ਼ਾਂ ਪਾ ਦੇਵੇ ਅਤੇ ਉਹ ਸਾਡੇ ਕੋਲ ਇੱਥੇ ਜਿਹੜਾ ਮਿੱਠਾ ਹੁੰਦਾ ਇੱਕ, ਠੀਕ ਹੈ ਨਾ, ਉਹਦੇ ਕੋਲ ਸੁਣ ਲਿਆ ਕਰੋ। ਅਤੇ ਇਹ ਛੋਟੀਆਂ ਜਿਹੀਆਂ ਗੱਲਾਂ ਸੀ ਜਨਾਬ। ਜਿੰਨ ਸਾਹਿਬ
ਭੁੱਖ ਤੇ ਨੀ ਸੀ ਤੇਰੇ ਲਈ ਅੰਦਰ ਖੋਤਾ ਤਲਣ ਦੇ ਕਿਹਾ ਸਰ ਇੱਕ ਮਿੰਟ ਉਹ ਵੀ ਸਾਡਾ ਗੈਸਟ ਆ ਭਾਈ ਜਾਨ ਜੀ ਤੁਸੀਂ ਜਿੰਨ ਹੋ ਜੀ ਸਾਡੀ ਮੁਲਕੋ ਕੌਮ ਵਾਸਤੇ ਕੀ ਕਰ ਸਕਦਾ ਤੂੰ ਮੈਨੂੰ ਦੱਸ ਪਹਿਲੇ ਸਾਈਡ ਤੇ ਮੁਬਾਰਕਬਾਦੀ ਲੈਣੀ ਦੇ ਉਹ ਤਾਂ ਤੂੰ ਦੇਣੀ ਨਾ ਮੈਂ ਮੰਗ ਕੇ ਲੈਣੀ ਸਰ ਤੁਸੀਂ ਪਹਿਲੇ ਭਾਈ ਸਦਾਕਤ ਦੱਸ ਲਓ ਪਹਿਲੇ ਨਹੀਂ ਉਹ ਮੈਂ ਦੱਸ ਦਿੱਤਾ ਚਲੋ ਸਰ ਤਾਂ ਤੁਹਾਨੂੰ ਪਹਿਲੇ ਤਾਂ ਬਹੁਤ ਬਹੁਤ ਮੁਬਾਰਕ ਹੋਵੇ ਨਵੇਂ ਸੈੱਟ ਦੀ ਮੈਨੂੰ ਅਜੀਬ ਲੱਗਣ ਡਿਆ ਇੱਥੇ ਆ ਕੇ ਯਾਰ ਰੰਗੀਨ ਦੀਆਂ ਰੋਸ਼ਨੀਆਂ ਹੈ ਐਂ ਲੱਗਣ ਡਿਆ ਮੈਂ ਕਿਸੇ ਮਸ਼ਹਿਰ 'ਚ ਵੜ ਗਿਆ ਵਾਂ ਅੱਛਾ ਜੀ ਤੁਹਾਡਾ ਜੋ ਜਿੰਨ ਵਾਕਫ ਆ ਤੁਸੀਂ ਉਹਨੂੰ ਪ੍ਰੋਗਰਾਮ 'ਚ ਵੀ ਹਿੱਸਾ ਬਣਾਇਆ ਤੇ ਇਹਦੇ ਕੋਲੋਂ ਕਿਉਂ ਨੀ ਕੰਮ ਕਰਾਇਆ ਤੁਸੀਂ ਐਂ ਚੁਟਕੀ ਨਾਲ ਯਾਰ ਉਹ ਜਿੰਨ ਆ ਕਿਤੇ ਸ਼ਕੂਰ ਲੱਕੜੀ ਵਾਲੇ ਦਾ ਮੁੰਡਾ ਬਹੁਤ ਅੱਛਾ ਯਾਰ ਉਹ ਜਿੰਨ ਆ ਸੜਕ ਬਣਾ ਦਿਓ ਕਰਕੇ ਸੜਕ ਬਣ ਗਈ ਪੂਰੀ ਤੁਸੀਂ ਕੋਹ ਕਾਫ ਆ ਕੇ ਦੇਖਣਾ ਇੱਥੇ ਇੱਥੇ ਤੱਕ ਪਾਣੀ ਹੁੰਦਾ ਜਦੋਂ ਬਾਰਿਸ਼ ਹੁੰਦੀ ਹੈ ਕਿਆ ਹੁਕਮ ਹੈ ਮੇਰੇ ਆਕਾ ਤੂੰ ਮੈਨੂੰ ਕਹਿ ਕਿਆ ਹੁਕਮ ਹੈ ਮੇਰੇ ਆਕਾ ਮੈਂ ਤੈਨੂੰ ਕਿੰਨਾ ਪੁੱਲ ਬਣਾ ਦੇ ਤੇ ਫਿਰ ਬਣਾ ਦੇ ਤੇ ਜੇ ਤੂੰ ਬਣਾ ਨੀ ਸਕਦਾ ਤੇ ਅੰਬ ਲੈਣ ਨੂੰ ਕਿੰਨਾ ਕਿਆ ਹੁਕਮ ਹੈ ਮੇਰੇ ਆਕਾ ਉਹ ਮੈਂ ਪ੍ਰਾਈਵੇਟ ਕੰਪਨੀ ਚ ਮੈਂ ਸਰਕਾਰੀ ਜਿੰਨੀ ਹੈਗਾ ਯਾਰ ਆਪ ਜਿੰਨ ਤੋਂ ਹੈ ਨਾ ਆਪਕੇ ਪਾਸ ਉਹ ਕੁਵਤ ਪਾਵਰ ਨਹੀਂ ਹੈ ਅੱਜ ਅੱਜ ਆਪ ਗਾਇਬ ਹੋ ਕੇ ਕਿਉਂ ਨਹੀਂ ਆਏ ਸਾਡੇ ਨਾਲ ਹੀ ਕਰੈਕਟਰ ਬਣ ਕੇ ਬੈਠੇ ਉਹ ਜਿਹੜੀ ਸ਼ਕਤੀ ਗਾਇਬ ਹੋਣਾ ਨਹੀਂ ਉਹ ਕਿਉਂ ਨਹੀਂ ਆਇਆ ਤੂੰ ਭਾਜੀ ਮੈਂ ਮੇਰੇ ਕੋਲ ਆਖਰੀ ਝਮੱਕਾ ਰਹਿ ਗਿਆ ਸੀ ਜਿਹੜਾ ਪਿਛਲੇ ਸ਼ੋਅ 'ਚ ਮੈਂ ਮਾਰਤਾ ਝਮੱਕਾ ਮਤਲਬ ਮੈਂ ਆਖਰੀ ਗਾਇਬ ਰਹਿ ਗਿਆ ਸੀ ਬਸ ਬੈਟਰੀ ਡਾਊਨ ਹੋ ਕੇ ਪਿੱਛੋਂ ਕਿਸੇ ਬੰਦ ਕਰਾਤਾ ਮੈਨੂੰ ਫਿਰ ਮੇਰੇ 5000 mAh ਜਿੰਨ ਦਾ ਤੂੰ ਭਾਈ ਮੈਂ ਇੱਦਾਂ ਕਰਕੇ ਇੱਥੇ ਤੁਹਾਡੇ ਕੋਲ ਪਹਾੜੀ ਗਰਾਊਂਡ ਹੈਗਾ ਉੱਥੇ ਨਾਨ ਟਿੱਕੀ ਖਾਧੀ ਨਾਨ ਟਿੱਕੀ ਖਾ ਕੇ ਗਾਇਬ ਹੋ ਗਿਆ ਉਹ ਰੇਹੜੀ ਵਾਲੇ ਮਾਲਕ ਨੇ ਮੇਰੇ ਅੱਬਰ ਨੂੰ ਸ਼ਿਕਾਇਤ ਲਾਤੀ ਮੇਰੇ ਅੱਛਾ ਗਾਇਬ ਹੋਣ ਲੱਗਾ ਸਿਰਫ ਇਹਦੀ ਲੱਤ ਉਹਦੇ ਹੱਥ ਆ ਗਈ ਉਹਨੇ ਗਾਇਬ ਚੋਂ ਵਾਪਸ ਖਿੱਚ ਲਿਆ ਪਾਕਿਸਤਾਨ ਜਾ ਕੇ ਸ਼ਰਾਰਤਾਂ ਕਰਨ ਡਿਆ ਦੁਨੀਆਂ ਤੇ ਜਾ ਕੇ ਇਨਸਾਨਾਂ ਨੂੰ ਤੰਗ ਕਰਨ ਡਿਆ ਮੇਰੇ ਬੂਨੂ ਮੈਨੂੰ ਪਿੱਛੋਂ ਬੰਦ ਕਰਾਤਾ ਗਾਇਬ ਨੀ ਕੁਛ ਮੱਕੇ ਉੱਥੇ ਗੋਲਗੱਪੇ ਵਾਲੇ ਕੋਲ ਗੋਲਗੱਪੇ ਵਾਲਾ ਉਹਨੂੰ ਇਹਦਾ ਪਤਾ ਸੀ ਇਹਨੇ ਉਹਨੂੰ ਕਿਹਾ ਪਲੇਟ ਗੋਲਗੱਪੇ ਦੇ ਲਾ ਪਹਿਲੇ ਉਹਨੇ ਇਹਨੂੰ ਰੱਸੀ ਬੰਨੀ ਕਿੱਲੇ ਨਾ ਫਿਰ ਉਹਨੇ ਗੋਲਗੱਪੇ ਦੇ ਉਹਨੇ ਕਿਹਾ ਬਾਅਦ ਚ ਗਾਇਬ ਹੋ ਜਾਣਾ ਨਹੀਂ ਭਾਜੀ ਮੁਲਕੋ ਕੌਮ ਵਾਸਤੇ ਕੁਛ ਕਰਨ ਦੀ ਇਹ ਸਾਰੇ ਤੁਸੀਂ ਆਪ ਮਿਲ ਕੇ ਬਹਿਣਾ ਜਿਹਨੇ ਤੁਸੀਂ ਵੋਟ ਦਿੱਤੇ ਉਹ ਕੀ ਕਰਨ ਡੇ ਦੱਸੋ ਉਹ ਸਾਰਾ ਕੁਛ ਮੈਂ ਕਰਦਾ ਵਾ ਵੀ ਮੈਂ ਕਿਹੜਾ ਬਿੱਲ ਤਾਰਨ ਗਿਆ ਬਿੱਲ ਦੇ ਕੇ ਤੇ ਗੈਪ ਹੋਣ ਲੱਗਾ ਗੈਪ ਹੋ ਕੇ ਬਾਹਰ ਆਉਣ ਲੱਗਾ ਤੇ ਜਿਹੜਾ ਗਾਰਡ ਨਹੀਂ ਖਲੋਤਾ ਹੁੰਦਾ ਉਹਨੇ ਬੂਹਾ ਲਾਇਆ ਉਹਨੇ ਕਿਹਾ ਬੇਟੇ ਨਹੀਂ ਇਹ ਸ਼ੀਸ਼ਾ ਸੀ ਉਹ ਲਾਇਆ ਇਹਦੇ 'ਚੋਂ ਫਿਜ਼ੀਕਲੀ ਆਉਣਾ ਤੂੰ ਬਾਹਰ ਉੱਧਰ ਪੈਸੇ ਦੇ ਪਹਿਲੇ ਸਾਜੀ ਗੈਪ ਹੋਇਆ ਵਾ ਬੈਂਕ 'ਚੋਂ ਬਾਹਰ ਤੋਂ ਫੜ ਕੇ ਫੇਰ ਅੰਦਰ ਛੱਡ ਕੇ ਸਾਜੀ ਗੈਪ ਹੋਇਆ ਅੱਛਾ ਗੈਪ ਹੋ ਕੇ ਜਦੋਂ ਜ਼ਾਹਰ ਹੋਇਆ ਤੇ ਉਸੇ ਗਾਰਡ ਦੇ ਅੱਗੇ ਕਰੋ ਉਹਨੇ ਫੇਰ ਐ ਜੱਪਾ ਪਾ ਲਿਆ ਹਾਂ ਜਾ ਖੁੱਲੋ ਜਾ ਪਹਿਲੇ ਇੱਧਰ ਤਾਂ ਗੱਲ ਪੂਰੀ ਕਰ ਲਾ ਹੂ ਹੂ ਹਾ ਕੀ ਗੱਲ ਕਾਹਦੀ ਗੱਲ ਤੂੰ ਹਾਸੇ ਚ ਪਾਈ ਅੱਛਾ ਭਾਜੀ ਮੁਲਕੋ ਕੌਮ ਵਾਸਤੇ ਕੀ ਕਰ ਸਕਦੇ ਦੱਸੋ ਉਹ ਭਾਜੀ ਮੈਂ ਕਹਿੰਦੇ ਗੜੀ ਸ਼ੌ ਦਾ ਚਿੰਨ ਵਾ ਨਹੀਂ ਗੜੀ ਸ਼ੌ ਚ ਜਿਹੜੇ ਜਿੰਨ ਨੇ ਉਹ ਮੁਲਕੋ ਕੌਮ ਦਾ ਕੁਛ ਕਰ ਤੇ ਉਹੀ ਸਾਰਾ ਉਹਨਾਂ ਨੇ ਕਰਨਾ ਵਾ ਤੁਸੀਂ ਉਹਨਾਂ ਨੂੰ ਅੱਗੇ ਲੈ ਕੇ ਮੈਨੂੰ ਨਾ ਤੁਸੀਂ ਦਿੱਤਾ ਨਾ ਲਿੱਤਾ ਕੱਖ ਵੀ ਭਾਜੀ ਮੈਂ ਤੁਹਾਨੂੰ ਤੂੰ ਪੁੱਲ ਬਣਾ ਦੇ ਸਾਨੂੰ ਤੂੰ ਕਹਿ ਉਹ ਤੂੰ ਦੇ ਹੀ ਕਹਿਣਾ ਨਾ ਉਹ ਬਣ ਜਾ ਸਿਮ ਸਿਮ
ਬਣ ਜਾ ਸਿਮ ਸਿਮ ਨੀ ਮਾਂ ਫੁੱਟਪਾਥਾਂ ਤੇ ਪੈਣ ਡਿਆ ਵਾ, ਕਮਰਾ ਕਿਰਾਏ ਦੇ ਲੱਭਣ ਡਿਆ, ਕੋਈ ਬਣ ਜਾ ਸਿਮ ਸਿਮ ਕਿੱਥੋਂ ਕਹਿ ਦਵਾਂ ਯਾਰ। ਤੇਰੀ ਝੁਟਕੀ ਕਿੱਧਰ ਗਈ ਜਦੋਂ ਤੂੰ ਇੰਨੇ ਕਰਦਾ ਯਾਰ? ਉਹ ਜਿਹੜਾ ਕਰਕੇ ਹੁੰਦਾ ਤੇ ਸਾਰਾ ਕੁਛ ਹੋ ਜਾਂਦਾ ਉਹ ਮੈਂ ਨੀ ਹੈਗਾ, ਉਹ ਹੋਰ ਜਿਹਨ ਨੇ ਸਾਡੇ ਦਾਦਕੇ ਸੀਗੇ, ਹੁਣ ਸਾਰਾ ਸਿਸਟਮ ਬੰਦ ਹੋ ਗਿਆ, ਜਦੀਦ ਦੌਰ ਆ ਗਿਆ ਵਾ ਤੇ ਵਾਲ ਮੁਲਕ ਡਾ ਫਿਰ ਜਿੰਨ ਨੀ ਆਇਆ ਤੇ ਤੂੰ। ਯਾਰ ਮੇਰੀ ਗੱਲ ਸੁਣ, ਮੈਂ ਤੈਨੂੰ ਕਹਿੰਦਾ ਵਾ ਵੀ ਤੂੰ ਕਣਕ ਪੂਰੀ ਕਰ ਦੇ ਸਾਡੇ ਮੁਲਕ, ਕਣਕ ਜਿਹੜੀ ਨਾ ਉਹ ਉਹਦੀਆਂ ਵਾਢੀਆਂ, ਉਹਨੂੰ ਰੇਟ, ਉਹਦਾ ਜੋ ਕਣਕ ਦਾ ਰੌਲਾ ਪਿਆ ਖਤਮ ਕਰ ਦੇ। ਮੈਂ ਭਾਜੀ ਇੱਕ ਵਾਰੀ ਥਰੈਸ਼ਰ ਤੇ ਲਾਈ ਦਿਹਾੜੀ, ਮੇਰੀ ਬਾਂਹ ਵਿੱਚ ਆ ਗਈ। ਤੁਸੀਂ ਵੀ ਕਣਕ ਖਾਂਦੇ, ਤੂੰ ਕਣਕ ਦਾ ਕੀ ਕੀਤਾ? ਅਸੀਂ ਕਣਕ 5-15 ਮਣ ਲਈ ਹੋਈ ਆ ਸਾਲ ਦੀ, ਪੂਰੇ ਦੀ 350 ਨੂੰ ਲਈ ਆ। ਕਣਕ ਨੂੰ ਛਾਨਣ ਲਾ ਰਿਹਾ ਸੀ ਯਾਰ ਤੂੰ, ਫਿਰ ਜਿੰਨ ਨੀ ਹੈਗਾ ਜਿੰਨ ਵਾ ਭਾਜੀ। ਅੱਛਾ ਚੱਲ ਤੂੰ ਦੱਸ ਦੇ ਤੂੰ ਕੀ ਕਰ ਸਕਦਾ ਭਾਜੀ? ਮੈਂ ਦੇਖੋ ਨਾ, ਮੈਂ ਬਿਲਕੁਲ ਵੀ ਰਿਹਾ ਨੀ ਹੈਗਾ। ਤੁਸੀਂ ਮੇਰੇ ਕੋਲ ਬਲਬ ਸਹੀ ਕਰਾ ਲਓ, ਹੈ ਬਲਬ ਸਹੀ ਕਰਾ ਲਓ ਭਰਾ ਕੋ। ਬਲਬ ਮਤਲਬ ਥੱਲੇ ਭੂ ਭੂ ਕਰਕੇ ਇਹਦਾ ਕਰਕੇ ਇੰਝ ਬਲਬ ਸਹੀ ਹੋਏਗਾ? ਤੁਸੀਂ ਆਪ ਕੰਮ ਕਰਕੇ ਚੱਲ ਜਾਣਾ ਵਾ, ਆਪਣੀ ਸ਼ਕਤੀ ਨਾਲ ਤੇਰੇ ਭਰਾ ਨੇ ਪੌੜੀ ਚੱਕਣੀ ਆ, ਇਹ ਤੇਰੇ ਭਰਾ ਨੇ ਹੱਥ ਚੁੱਕਣਾ, ਇੰਝ ਕਰਕੇ ਬਲਬ ਹਲਾਉਣਾ, ਬਲਦਾ ਮਿਲੇਗਾ ਬਾਦਸ਼ਾਹ ਤੈਨੂੰ। ਅੱਛਾ ਪੌੜੀ ਨਾਲ ਸੱਚ ਲੈ ਕੇ ਆਏਗਾ, ਉਹੀ ਸ਼ਕਤੀ ਆ। ਬੱਚੇ ਸਕੂਲੇ ਛੱਡਾਂਗਾ ਤੁਹਾਡੇ, ਬੱਚੇ ਮਤਲਬ ਇੱਥੇ ਬੱਚੇ ਨੇ ਉਹਨਾਂ ਨੂੰ ਗੈਪ ਕਰਕੇ ਇਕਦਮ ਸਕੂਲੋਂ ਜ਼ਾਹਰ ਹੋ ਜਾਣਗੇ। ਹਾਂ ਸ਼ਕਤੀ ਨਾਲ ਮੋਟਰਸਾਈਕਲ ਕੱਢਣੀ ਪਹਿਲੇ ਭਰਾ ਨੇ, ਬੱਚੇ ਪਿੱਛੇ ਭੋਣੇ ਆ, ਫਿਰ ਇੰਝ ਕਰਕੇ ਸਕੂਲ ਦੇ ਕੇ ਛੱਡ ਕੇ ਆ ਰਹੇ ਆ। ਕੋਈ ਕੰਮ ਆ ਜਿੰਨ ਲੱਗਣ ਦੇ ਆ ਮੈਨੂੰ, ਨੀਲੀ ਕੈਨ ਵੀ ਪਾਣੀ ਦੀ ਭਰ ਲਿਆ ਕਰੇਗਾ। ਬਿਲਕੁਲ, ਕਿਵੇਂ ਸ਼ਕਤੀ ਨਾਲ ਮੋਟਰਸਾਈਕਲ ਕੱਢਣੀ ਤੇਰੇ ਭਰਾ ਕਰਕੇ ਕਹਿ ਦੇ ਕਿਹੜੀ ਤੇਰੇ ਭਰਾ ਦੇ ਭਰ ਕੇ ਤੇਰੇ ਕੋਲ ਹੱਦ ਪਾਛਾ। ਇਹ ਯਕੀਨ ਮੰਨੋ ਕੋ ਕਾਫ ਤੇ ਉਹ ਜਿੰਨਾ ਕਾਹਦਾ ਰੌਲਾ ਪਾਇਆ ਆ, ਕਾਹਦਾ ਰੌਲਾ ਪਾਇਆ ਆ। ਮੇਰੀ ਬੇਗਮ ਤੇ ਅਤਿਆਚਾਰ ਬਹੁਤ ਕਰਦੇ ਸੀ, ਮੈਂ ਤਸ਼ੱਦਦ ਬਹੁਤ ਕਰਦੇ ਸੀ। ਚੜੇਲ, ਹਾਂ ਮੇਰੀ ਬਹਿਣੀ ਗਲਤ ਹੋ ਗਈ ਸੀਗੀ, ਗਲਤ ਜਿਹਨਾਂ ਨੇ ਅਸੀਂ ਖਾਲੀ ਮਿੱਟੀ ਜਿਹਾ ਕਰਕੇ ਸਿੱਟ ਦਿੰਦੇ, ਅਸੀਂ ਐਵੇਂ ਚੌਥਾ ਸ਼ੋਅ ਤੇਰੇ ਤੇ ਕਰ ਲਿਆ ਵੀ ਤੂੰ ਤਾਂ ਕੱਖ ਵੀ ਨੀਗਾ। ਨਹੀਂ ਨਹੀਂ ਮਾੜਾ ਮੋਟਾ, ਮੈਂ ਜਦੋਂ ਚਾਹਵਾਂ ਸੈਲ ਪਵਾ ਦਿਓ, ਮੇਰਾ ਥੋੜੀ ਚਿੱਪ ਲੱਗਦੀ, ਮੇਰੇ ਚ ਗੈਬ ਹੋਣ ਵਾਲੀ ਸ਼ਕਤੀ, ਹੁਣ ਚਿੱਪ ਲਵਾ ਦਿਓ, ਮੇਰੇ ਇਲੈਕਸ਼ਨ ਨੂੰ ਲੱਗਣੀ ਨਹੀਂ ਲੱਗਦੀ, ਤੂੰ ਦੋ ਤਿੰਨ ਮੇਰੀਆਂ ਚੀਜ਼ਾਂ ਵੀ ਗੈਪ ਹੋਣ ਬਾਅਦ ਚ। ਨਹੀਂ ਨਹੀਂ ਭਾਜੀ ਨਹੀਂ, ਮੇਰਾ ਗੇਟ ਬੰਦ ਹੋ ਉੱਤਰ, ਤੂੰ ਕਿਸੇ ਰੈਕ ਸਿਟੀ ਵਾਲੇ ਬੰਦੇ ਨੂੰ ਚਿੰਬੜ ਆਪਣੀ ਚਿੱਪ ਲਵਾ ਲਾ ਉਹਦੇ ਕੋਲ। ਯਾਰ ਤੂੰ ਜਿੰਨਾ, ਤੂੰ ਇਹ ਤੇ ਦੱਸ ਨਾ ਮੈਨੂੰ ਤੁਹਾਡਾ ਪਤਾ ਕਰਕੇ ਵੀ ਕਣਕ ਦਾ ਕੀ ਰੌਲਾ ਬਣਿਆ ਵਾ, ਕਣਕ ਦਾ ਕੀ ਹਿਸਾਬ ਹੋਇਆ? ਤੈਨੂੰ ਕਣਕ ਦਾ ਪੁੱਛਣ ਦੇ ਆ, ਮੈਂ ਕਿਤੇ ਤੇਰੇ ਘਰ ਚਲਾ ਗਿਆ, ਕਣਕ ਵਾਲੇ ਪਾਸੇ ਗਿਆ ਹੋਇਆ ਵਾ, ਲੈਦਾ ਹੀ ਗਿਆ ਯਾਰ, ਜਦੋਂ ਜੇਲ ਕਿਤੇ ਗਿਆ ਵੇ ਵਿੱਚ ਨਹੀਂ ਬੋਲੀਦਾ। ਆ ਦੇਖ ਲੋ ਭਾਈ, ਕਿਉਂ ਲੈਦਾ ਹੀ ਗਿਆ ਵੀ ਤੁੰਬਾ ਜਿਹਾ ਵਜਾਉਣ ਲੱਗ ਗਿਆ ਵੀ ਕਣਕ ਦਾ ਤੈਨੂੰ ਪੁੱਛਿਆ, ਉਹ ਦੱਸ ਤੂੰ। ਇਹ ਗੋਜਰਾ ਟੱਪਿਆ ਛੇ ਲੈਨੇ ਬੁਲਾ ਲਿਆ ਪਿੱਛੇ। ਓ ਯਾਰ ਚੁੱਪ ਕਰ ਜਾ ਯਾਰ, ਤੂੰ ਹਲੇ ਗੋਜਰਾ ਟੱਪਿਆ ਤੇ ਅਸੀਂ ਤੇ ਇੱਥੇ ਤੇਜ਼ ਚਲਾ ਜੇ ਨਜ਼ਰ ਭਾਜੀ, ਬੰਦਾ ਫੜਿਆ ਗਿਆ। ਅੱਛਾ, ਜਿਹਨੇ ਮਸਲਾ ਕੀਤਾ ਇਹ ਸਾਰਾ ਕਿਸਾਨਾਂ ਦੇ ਨਾਲ ਹੱਟ ਧਰਮੀ ਹੋਣ ਡਈ ਆ, ਤੁਹਾਡੇ ਕੋਲ ਕਾਕੜ ਸਾਹਿਬ ਹੈਗੇ ਆ। ਹਾਂਜੀ, ਉਹਨਾਂ ਨੇ ਕੀਤਾ ਯੂਕਰੇਨ ਦੇ ਨਾਲ ਮੁਆਹਦਾ। ਅੱਛਾ, ਇਹ ਤਕਰੀਬਨ ਮੇਰੇ ਖਿਆਲ 7-8 ਮਹੀਨੇ ਪਹਿਲੇ ਦੀ ਗੱਲ ਵਾ। ਇਹ ਯੂਕਰੇਨ ਕੋਲ ਗੰਦਮ ਪਰਚੇਜ਼ ਕੀਤੀ ਗਈ ਸਾਰੀ,
ਕਿਉਂਕਿ ਕਿਸਾਨਾਂ ਨੇ ਪਿਛਲੀ ਵਾਰੀ ਮਹਿੰਗੀ ਵੇਚੀ ਆ, ਉਹਨਾਂ ਨੂੰ ਸਬਕ ਸਿਖਾਉਣ ਵਾਸਤੇ ਬਸ, ਹੋਰ ਕੋਈ ਮਸਲਾ ਨਹੀਂ ਜੀ। ਇਹ ਜਿੰਨਾ ਦੇ ਹਮਦ ਮੀਰ ਜੀ ਓਏ ਯਾਰ, ਤੂੰ ਕਣਕ ਵਾਲੇ ਪਾਸੇ ਜਾ ਤੂੰ। ਭਾਜੀ ਮੈਂ ਬੂਹਾ ਖੜਕਾ ਖੜਕਾ ਕੇ ਵਾਪਸ ਆ ਗਿਆ, ਤੂੰ ਦਿਨੇ ਪਹਿਲੇ ਪਾਸੇ ਗੱਲ। ਮੈਂ ਤੇ ਮੈਨੂੰ ਉਲਾਮਾ ਦੇਣਾ ਸੀ, ਬਤਮੀ ਦਾ ਜਿੰਦ ਦੀ ਗੈਪੀ ਚ ਬੋਲਦਾ ਵਾ। ਉਹਦੇ ਮੰਤਰ ਦੇ ਦੌਰਾਨ ਨਾ ਬੋਲ ਸਤਾਰ ਜੀ। ਮੈਂ ਇੱਕ ਕੰਮ ਕਹਿਣਾ ਤੁਹਾਨੂੰ, ਜਿੰਨ ਤੁਹਾਡੇ ਵਸਾਤਤ ਨਾਲ ਆਇਆ ਵਾ, ਜਿੰਨ ਬਾਦਸ਼ਾਹ ਛੋਟਾ ਜਿਹਾ ਕੰਮ ਹੋ ਜੇ ਕਰ ਯਾਰ, ਉੱਡਣ ਵਾਲਾ ਕਲੀਨ ਚਾਹੀਦਾ 2-3 ਦਿਨ ਵਾਸਤੇ। ਨਹੀਂ ਉਹ ਜਾਣਾ ਕਿਤੇ, ਸ਼ਾਦੀ ਤੇ ਜਾਣਾ ਸਤਾਰ ਜੀ, ਬਰਾਤ ਨਾਲ ਲੈ ਕੇ ਜਾਵਾਂਗੇ। ਯਾਰ ਕਲੀਨ ਦਾ ਮੇਰਾ ਕੋਈ ਤਲਕ ਨਹੀਂ, ਮੇਰੇ ਦਾਦੇ ਦਾ ਵਾ, ਦਾਦੇ ਦਾ ਉੱਡਣ ਵਾਲਾ ਕਲੀਨ ਦਾ ਕੰਮ ਵਾ। ਇੱਕ ਦੋਸਤ ਨੂੰ ਏਦਾਂ ਹੀ ਮੈਂ ਦਿੱਤਾ ਲਿਆ ਕੇ, ਉਹ ਭਾਈ ਕਲੀਨ ਮਾਰ ਲਿਆ ਆ। ਰੈਂਟ ਤੇ ਕਲੀਨ ਉੱਡਣ ਵਾਲਾ ਭਾਜੀ, ਅੱਗੋਂ ਸਾਰ ਵਿੰਗਾ ਕਰ ਲਿਆ ਕਲੀਨ। ਦਾਦੇ ਨੇ ਮੈਨੂੰ ਬਹੁਤ ਬੋਲਿਆ, ਮੈਂ ਉਸ ਤੋਂ ਭਾਈ ਹਾਮੀ ਨਹੀਂ ਭਰੀ ਦੀ। ਤੈਨੂੰ ਮੈਂ ਨੰਬਰ ਦੇ ਦੇਣਾ ਦਾਦੇ ਦਾ, ਡਾਇਰੈਕਟ ਭਾਈ ਤੂੰ ਗੱਲ ਕਰ ਲਾ। 5,000 ਰੁਪਇਆ ਫੀ ਘੰਟਾ ਕਲੀਨ ਲੈ ਲੇਗਾ ਸੈਲਫ ਤੇ ਕਿ ਨਹੀਂ? ਉਹਦੇ ਕੋਲ ਸਾਈਜ਼ ਦਾ ਰੌਲਾ ਵੀ ਹੁੰਦਾ, ਜੇ 10-12 ਬੰਦੇ ਉੱਤੇ ਬਹਿਣ। ਅਗਰ ਤੁਸੀਂ ਭਾਈ 10 ਬੰਦਿਆਂ ਵਾਲਾ ਲੈਣਾ ਵਾ, ਉਹ 8-15 ਦਾ ਹੁੰਦਾ ਵਾ। ਠੀਕ ਆ। ਅਗਰ ਛੋਟਾ ਲੈਣਾ 6 ਬੰਦਿਆਂ ਵਾਲਾ 6-ਸੀਟਰ ਜਿੱਦਾਂ ਤੁਹਾਡੀ ਗੱਡੀ ਹੈ, 6-ਸੀਟਰ ਕਲੀਨ ਵੀ ਹੁੰਦਾ ਵਾ, ਉਹ 5-7 ਦਾ ਹੁੰਦਾ ਵਾ। ਉਹਦੇ ਕੋਲ ਸੀਟ ਬੈਲਟਾਂ ਵੀ ਹੁੰਦੀਆਂ ਨੇ, ਮਤਲਬ ਸਪੀਡ ਚ ਭੱਜ ਜਾਂਦਾ ਬੰਦਾ ਤੇ ਡਿੱਗ ਪਵੇ। ਨਹੀਂ ਭਾਜੀ, ਸੀਟ ਬੈਲਟ ਕੋਈ ਨਹੀਂ, ਤੁਸੀਂ ਆਪਣਾ ਨਾਲੇ ਘੁੱਟ ਕੇ ਬਣਨਾ ਹੁੰਦਾ ਵਾ। ਦਾਦਾ ਕਲੀਨ ਦੇ ਵਾਪਸ ਆਂਡੇ ਦੇ ਰਾਹ ਚ ਤੇਲ ਮੁੱਕ ਗਿਆ, ਉਹ ਕਿਸੇ ਬੱਸ ਵਾਲੇ ਨੇ ਲੱਤ ਲਾਈ ਲਵਾ ਕੇ ਕਲੀਨ ਲਿਆ। ਭਤੀਜਾ ਛੋਟਾ ਰੌਲਾ ਪਾਇਆ, ਬਹਿ ਨਹੀਂ ਦਿਆ, ਕਹਿੰਦਾ ਮੈਂ ਬਾਰੀ ਵਾਲੀ ਸਾਈਡ ਤੇ ਬੈਠਾ। ਅੱਜ ਕਲੀਨ ਚ ਉਹਦੇ ਤੇਲ ਮੁੱਕ ਗਿਆ ਤੇ ਉਹਦੀ ਚੋਕ ਚੋਕ ਕੇ ਉਹਨੂੰ ਚੜ੍ਹ। ਰਾਜਸਥਾਨੀ ਪਹਾੜੀ ਜਿੰਨ ਵਾ, ਏਡੇ ਸਿੰਘ ਨੀਗੇ ਆਂਟੀ ਨੇ, ਉਹਨੂੰ ਇੱਧਰ ਨੂੰ ਘੁਮਾ ਵੇਖੀ ਇੰਡੀਆ ਦੇ ਚੈਨਲ ਲੈਂਦੇ। ਯਾਰ ਜੈਨਵਟ ਜਿੰਨ ਆ ਸੱਚੀ ਪਾਜੀ, ਸਿੰਘ ਸੁੰਘ ਕੋਈ ਨੀ। ਤੁਸੀਂ ਜਾਣਾ ਨਾ ਬਾਬਰ ਚੌਕ, ਇੱਧਰ ਕੋਈ ਸ਼ਕਤੀ ਨੀ ਹੈਗੀ, ਕੋਈ ਇਹਦੇ ਕੋਲ ਮੰਤਰ ਨਾ, ਕੋਈ ਇਹਦੇ ਕੋਲ ਜਾਦੂ। ਝੱਗ ਬਾਜ਼ਾਰ ਦੇ ਬਾਹਰ ਸਾਜੀ ਆਪਣਾ ਤਗਾਰੀ ਤੇ ਕਾਂਢੀ ਲੈ ਕੇ ਬੈਠਾ ਹੁੰਦਾ ਸੁਬਹ 8 ਵਜੇ ਘੰਟਾ ਘਰ ਕੋ। ਤੂੰ ਸ਼ਕਤੀ ਨਾਲ ਕੀ ਕਰਾਉਣਾ, ਨਾ ਤੇਰੇ ਕੋਲ ਪੈਸਾ ਨਾ ਕੋਈ ਧੇਲਾ, ਨਾ ਤੂੰ ਕੰਮ ਤੇ ਜਾਵੇ, ਸਫਾਈ ਤੇ ਤੇਰਾ ਕੰਮ ਕਰਕੇ ਨਿਕਲ ਜਾ। ਅੱਛਾ ਯਾਰ, ਕੋਲੋ ਹੀ ਜਿੰਨ ਬਣਿਆ ਫਿਰਦਾ, ਉਹ ਰੋਟੀ ਵਾਲੀ ਲੈਣ ਜਦੋਂ ਮੈਂ ਸੁਬਹ ਦੇਖਿਆ ਲੱਗਾ। ਲੁਕੀ ਪਵਾਤੀ ਆਪਾਂ ਉਹਦੀ। 1 ਮਿੰਟ ਠਹਿਰ ਜਾਓ, ਮਹਿਰ ਮਹਿਰ ਹਾਂਜੀ ਸਰ ਜੀ, ਉਹ ਕਿੱਥੇ ਆ? ਪਤਾ ਨਹੀਂ, ਇੱਥੇ ਹਨੇਰਾ ਹੀ ਬਹੁਤ ਆ, ਨਜ਼ਰ ਹੀ ਕੁਛ ਨਹੀਂ ਆਉਣ ਦਿਆ। ਓਏ ਜੇ
ਤੈਨੂੰ ਬਕਵਾਸ ਕੀਤੀ ਸੀ ਨਾ, ਕਿੱਥੇ ਆ? ਸਾਜੇ ਨੂੰ ਕਹੋ ਮੈਨੂੰ ਵਾਪਸ ਬੁਲਾਵੇ। ਭਾਜੀ ਉਹ ਪਤਾ ਬੱਚੇ ਕੋ ਗਲਤੀ ਹੋ ਗਈ ਆ। ਹੈਲੋ, ਵਾਪਸ ਨੀ ਬੁਲਾਉਣਾ, ਇਹਦੇ ਅਲੱਗ ਚਾਰਜਸ ਲੱਗਣਗੇ। ਬਕਵਾਸ ਤੈਨੂੰ ਕਰਨ ਦਿਆ ਸੀ ਨਾ ਕਿ ਨਾਲ ਨਾ ਪੰਗਾ ਲੈ। ਮੈਂ ਸਮਝਿਆ ਪਤਾ ਨੀ ਕਿਤੇ ਜਹਿਲੀ ਜੇਲ ਨਾ ਲੈ। ਜਾਲੀ ਚਿੰਨ ਮੈਂ ਤੂੰ ਮੈਨੂੰ ਨੀਲੀ ਲੈਟ ਲਾਇਆ ਫਿਰ ਜਾਲੀ ਚਿੰਨ ਵਾ ਹੁਣ ਚੰਗਾ ਰਿਹਾ ਇੱਥੇ ਰਹਿ ਯਾਰ। ਚਲੋ ਬਾਬਾ ਜੀ ਬੱਚਾ ਸੀ, ਗਲਤੀ ਹੋ ਗਈ। ਮੈਂ ਨੀ ਬਰਦਾਸ਼ਤ ਕਰਦਾ, ਮਾਫੀ ਮੰਗ ਲਿਆ ਭਾਜੀ। ਯਾਰ ਸੋਰੀ ਯਾਰ, ਬੁਲਾ ਲੈ ਵਾਪਸ। ਚਲੋ ਭਾਜੀ ਕੋਈ ਨੀ, ਸਾਡਾ ਬੱਚਾ ਵਾ, ਸਾਡੀ ਸੀਟ ਖਾਲੀ ਬੁਰੀ ਲੱਗ ਰਹੀ। ਬੁਲਾਓ ਜਰਾ, ਮਿਹਰਬਾਨੀ ਕਰੋ। ਸੱਚੀ ਸਮਝ ਆਈ ਹੁਣ? ਆਈ ਸਮਝ? ਪਤਾ ਲੱਗਾ ਨਾ ਮੈਂ ਸੱਚੀ ਦਾ। ਇਹੀ ਤੇ ਮੈਂ ਕਹਿ ਰਿਹਾ ਸਾਂ ਸਰਕਾਰ ਤੁਹਾਨੂੰ, ਕਿ ਉਦੋਂ ਦਾ ਇਹੀ ਕਹਿ ਰਿਹਾ ਸਾਂ ਕਿ ਇਹੀ ਜਿਹੜੀ ਸ਼ਕਤੀ ਸਾਡੇ ਮੁਲਕੋ ਕੌਮ ਵਾਸਤੇ ਕਿਤੇ ਯੂਜ਼ ਕਰ ਲਓ, ਕੋਈ ਕਰ ਲਓ, ਇਹਨੂੰ ਗੁੱਸੇ 'ਚ ਗਾਇਬ ਕਰ ਦਿੱਤਾ। ਓਏ ਆਖਰੀ ਸੈੱਲ ਵਾ, ਏਦਾਂ ਇਹ ਦੁਸ਼ਮਣਦਾਰੀ ਵਾਸਤੇ ਰੱਖਿਆ ਵਾ, ਉਹ ਮੁਲਕੋ ਕੌਮ ਵਾਸਤੇ ਜ਼ਾਇਆ ਕਰੋ ਆਖਰੀ ਸੈੱਲ ਵੀ। ਇਹਨੂੰ ਉਸਤਾਦ ਜੀ ਚਾਰਜ ਕਰਾਓ, ਇਹਦੇ ਕੋਲੋਂ ਆਪਾਂ ਕਰਪਟ ਬੰਦੇ ਗਾਇਬ ਕਰਾਉਂਦੇ। ਹਾਂ ਅੱਧੇ ਮਿੰਟ ਚ ਦੱਸਤਾ ਬਸ, ਹੋਰ ਰੋਣਾ ਸੀ? ਉਹ ਭਾਜੀ ਸਾਡਾ ਇਹੀ ਤੇ ਜਿੰਦ ਦਾ ਫਾਇਦਾ ਵਾ, ਹੁਣ ਕਿਤੇ ਹੈਡਲਾਈਨ ਬਣਾ ਕੇ ਦਵਾਂ, ਇੱਥੇ ਕੁੜੀ ਬਿਠਾਵਾਂ, ਮੈਂ ਸਫਾ ਉਹ ਥੱਲੇ, ਸਫਾ ਮੈਂ ਥੱਲਾ, ਏਦਾਂ ਹੁੰਦਾ ਵਾ। ਅਗਲਾ ਪੁੱਛੋ ਜਿੰਨ ਬਾਦਸ਼ਾਹ, ਛੋਟਾ ਜਿਹਾ ਕੰਮ ਆ, ਤੇਰੀ ਦਿਹਾੜੀ ਵੀ 300-400 ਦੀ ਲੱਗ ਜਾਣੀ ਹੈ। ਹਾਂ ਜਿਵੇਂ ਰਾਤ ਵਾਲੇ ਦਿਨ ਫਾਰ ਗਈ ਆ, ਕੀ ਕਰਾਉਣਾ? ਮਹਿੰਦੀ ਤੇ ਟੂਪਾਂ ਵਾਲੀ ਗਜ਼ਲ ਕਰਨੀ ਆ ਤੇਰੇ ਤੋਂ, 800-900 ਉਹਨਾਂ ਨੇ ਸੁੱਟ ਦੇਣਾ। ਕਿੱਥੇ? ਇੱਥੇ ਕਿਤੇ ਇੱਥੇ ਲਾ ਕੇ ਸਿੱਧੂਪੁਰੇ ਟੂਪਾ ਤੋੜ, ਸਿੱਧੂਪੁਰੇ ਟੂਪਾ ਵਾਲਾ ਗਾਣਾ ਕਰਨਾ। ਹਾਂਜੀ ਪਿੰਡ ਚ ਕਿੰਨੇ ਤੋਂ ਕਿੰਨੇ ਪ੍ਰੋਗਰਾਮ, ਮੈਂ 5-7 ਜਣਾ 10-2 ਲੱਖ ਦਿਖਾਉਣੀ ਆ ਰਾਤ ਨੂੰ। ਕਿਸ਼ਤਾਂ ਦੇ ਮੋਬਾਈਲ ਤੇ ਉਹ ਜਿਹੜਾ ਬੰਦਾ ਆਉਂਦਾ ਨਾ ਕਿਸ਼ਤ ਲੈਣ, ਇਹ ਉਹਦੇ ਵਿੱਚ ਵੜ ਕੇ ਕੋਈ ਐਸਾ ਕੰਮ ਕਰੇ ਉਹ ਉੱਥੇ ਬੈਠਾ ਮੇਰੀ ਕਿਸ਼ਤ ਤੇ ਗੁੱਡ ਲਾ ਦੇਵੇ, ਵੀ ਉਹਨੂੰ ਪਤਾ ਹੀ ਨਾ ਹੋਵੇ ਕੋਈ ਏਦਾਂ ਦਾ ਕੋਈ ਕੰਮ ਕਰੇ। ਮੈਂ ਉੱਥੋਂ ਫਰਿੱਜ ਚੱਕ ਲੈਂਦਾ ਵਾ, ਸਹੀ ਆ ਫੁੱਲ ਸਾਈਜ਼ ਦੀ। ਤੈਨੂੰ ਇਸ ਚੀਜ਼ ਦਾ ਪਤਾ ਵਾ ਉਹ ਮੈਨੂੰ ਕਿੱਦਾਂ ਬੁਲਾਉਂਦੇ ਆ? ਮੈਨੂੰ ਮੇਰੇ ਦੋਸਤ ਦੇ ਫੋਨ ਤੇ ਕਾਲ ਕਰਕੇ ਕਹਿੰਦੇ ਜਿੰਨ ਨੂੰ ਅੱਜ ਭੇਜ ਸਾਡੇ ਕੋਲ, ਮੇਰੇ ਕੋਲ ਆਪਣੇ ਕੋਲ ਮੋਬਾਈਲ ਹੈ ਨੀਗਾ, ਮੈਂ ਤੈਨੂੰ ਕਿੱਥੋਂ ਲੈ ਲਵਾਂ? ਨਹੀਂ ਨਹੀਂ, ਉਹ ਕਹਿੰਦਾ ਮੋਬਾਈਲ ਮੈਂ ਆਪ ਹੀ ਲੈ ਲੂੰਗਾ, ਸਿਰਫ ਜਦੋਂ ਉਹ ਪਠਾਨ ਨੇ ਜਾਂ ਕਿਸੇ ਨੇ ਕਿਸ਼ਤਾਂ ਲੈਣੇ ਆਉਣਾ ਨਾ, ਉਹਦੇ ਦਿਮਾਗ ਚ ਵੜ ਕੇ ਉਹਨੂੰ ਇਹ ਦੱਸਣਾ ਵੀ ਕਿਸ਼ਤ ਆ ਗਈ ਹੈ ਤੇ ਉਹ ਹਰ ਮਹੀਨੇ ਆਪੇ ਹੀ ਉੱਥੇ ਬੈਠਾ ਇਹਦੀ ਕਿਸ਼ਤ ਤੇ ਗੁੱਡ ਲਾ ਕੇ ਕਰ ਦੇਵੇ। ਮੈਂ ਉਹਦੇ ਸਾਹਮਣੇ ਫਿਰੀ ਜਾਵਾਂ, ਮੈਂ ਉਹਨੂੰ ਨਜ਼ਰ ਹੀ ਨਾ ਆਵਾਂ, ਕੁਛ ਏਦਾਂ ਦਾ ਕੁਝ ਕਰ, ਯਾਨੀ ਕਿ ਮੈਂ ਹਰਾਮ ਖਾਵਾਂ, ਮੈਂ ਤੇਰਾ ਕਰਕੇ ਫੇਂਟੀ ਖਾਵਾਂ ਉੱਤੇ ਵੀ ਤੇ ਇੱਥੇ ਵੀ, ਏਦਾਂ ਦਾ ਕੰਮ ਦੋਨੋਂ ਮੈਂ ਨਹੀਂ ਕਰਦਾ। ਫਿਰ ਟਾਈਮ ਤੇਰੇ ਨਾਲ ਜਿੰਨ ਨਸਲੀ ਨਿਕਲਿਆ ਉਹੀ ਸੋਚ, ਜਿੰਨ ਵੀ ਕੋਲ ਆ ਗਿਆ ਤੇ ਉਹੀ ਸੋਚ ਵੀ ਮੈਂ 300 ਰੁਪਏ ਮਹੀਨੇ ਦੀ ਕੋਈ ਚੀਜ਼ ਲੈ ਕੇ ਤੇ ਉਹ ਤੋਂ ਬਚ ਜਾਵਾਂ। ਉਹਨਾਂ ਨੂੰ ਕਹਿ ਵੀ ਮੈਨੂੰ ਕੋਈ ਖਜ਼ਾਨੇ ਗੁਫਾ ਦਾ ਮੂੰਹ ਖੋਲ, ਅੰਦਰੋਂ ਕੋਈ ਵੱਡੇ ਹੀਰੇ ਜਵਾਹਰਾਤ ਆਉਣ, ਉਹ ਜਿੰਨ ਆ
ਉਹ ਕੋ ਵੀ ਕਿਸਤਾ ਲੜਦਾਰ ਬੀਤੇ ਨੂੰ ਦੱਸ ਦਿੱਤਾ ਓਏ ਇੱਕ ਮਿੰਟ ਦੂਆ ਕੰਮ ਦੱਸ ਦਿੰਦੇ ਹਾਂ ਦੱਸੋ ਉਹ ਸਾਜੀ ਉਹ ਕਸ਼ਮ ਵਾਲਿਆਂ ਦਾ ਦੇਣਾ 45,000 ਰੁਪਇਆ ਉਹ ਭੁੱਲ ਜਾਣ ਕੁਛ ਉਹ ਜਾ ਕੇ ਉਹਨਾਂ ਦੇ ਗੈਪ ਗੈਪ ਹੋ ਗਏ ਨਾ ਉਹਨਾਂ ਦੇ ਕੋਲ ਜਾ ਕੇ ਨਾ ਉਹਨਾਂ ਦੇ ਖਾਤੇ ਤੋਂ ਉਹ ਥੱਲੇ ਲਿਖਾ ਆ ਗਿਆ ਹੈ ਹਾਂ ਯਾਰ ਮੈਂ ਤੇਰਾ ਕੰਮ ਜਿੰਨ ਬਾਦਸ਼ਾਹ ਤੂੰ ਬਿਲਕੁਲ ਇਸ ਬੱਚੇ ਦਾ ਕੰਮ ਨੀ ਕਰਨਾ ਇਹ ਸਾਰੇ ਤੈਨੂੰ ਕੰਮ ਦੱਸਣ ਦੇ ਆ ਢੇਠਿਆਂ ਵਾਲੇ ਜਿੰਨ ਬਾਦਸ਼ਾਹ ਤੇਰੀ ਦਿਹਾੜੀ ਲਵਾ ਦਵਾਂ ਫਿਰ ਲਵਾ ਯਾਰ ਕਸਮੇ ਤੇਰਾ ਭਰਾ ਸਵੇਰ ਦਾ ਰੋਟੀ ਤੋਂ ਬੈਠਾ ਹੋਗਾ ਓਏ ਹੋਏ ਉਸਤਾਦ ਜੀ ਪਹਿਲੇ ਰੋਟੀ ਦਾ ਕੁਛ ਕਰਦੇ ਹੋ ਦਿਹਾੜੀ ਬਾਅਦ ਚੋ ਸਹੀ ਰੋਟੀ ਦਾ ਕਰਨਾ ਇਹਨਾਂ ਨੇ ਆਈਟਮਾਂ ਜੀ ਮੇਰੇ ਸਾਹਮਣੇ ਖਾ ਗਿਆ ਉਹਨੇ ਇਹਨੂੰ ਪਤਾ ਵੀ ਗੈਸਟ ਆਇਆ ਵਾ ਮੈਂ ਤੇਰਾ ਹੁਣ ਲੰਗਰ ਵੀ ਤੇ ਤੇਰਾ ਪਤਾ ਨੀ ਕਿੱਥੋਂ ਕਿੱਥੋਂ ਕੱਚਾ ਗੋਸ਼ਤ ਤੇਰਾ ਕੀ ਮੰਗਾਉਣਾ ਪੈਂਦਾ ਮੈਂ ਵੈਜੀਟੇਰੀਅਨ ਹੋ ਗਿਆ ਵਾ ਅੱਜ ਤੈਨੂੰ ਸਬਜ਼ੀਆਂ ਵੀ ਤਾਂ ਪੂਰੇ ਪੂਰੇ ਤੈਨੂੰ ਉਹ ਜਿਹੜੇ ਬਤਾਉ ਲਿਆਉਣੇ ਪੈਣੇ ਆ ਸਾਬਤ ਲੱਭ ਕੇ ਜੀ ਬੋਰੀਆਂ ਨੂੰ ਤੜਕੇ ਲਾਣੇ ਪੈਣੇ ਆਲੂਆਂ ਨੂੰ ਹਾਂਜੀ ਤੂੰ ਦੱਸ ਨਾ ਅੱਗੇ ਕੀ ਕੰਮ ਸੀ ਮੈਂ ਸਤਾਰ ਜੀ ਇਹਨੂੰ ਕਹਿੰਦਾ ਮੈਂ ਇੱਕ ਹਵੇਲੀ ਆ ਪੁਰਾਣੀ ਉਹ ਚੁੱਕ ਕੇ ਲਿਆ ਕੇ ਆਪਾਂ ਇੱਥੇ ਰੱਖ ਲਈਏ ਗੱਟ ਵਾਲੇ ਵਾਲੀ ਸਾਈਡ ਤੇ ਉਹ ਸਿੱਧੀ ਸਿੱਧੀ ਇਮਾਰਤ ਪੁਰਾਣੇ ਦੌਰ ਦੀ ਬਣੀ ਜਗ੍ਹਾ ਚੇਂਜ ਕਰ ਜਗ੍ਹਾ ਉਹਦੀ ਚੇਂਜ ਕਰ ਲਈ ਇੱਧਰ ਤੁਹਾਡੇ ਇੱਥੇ ਵਾਜੇਗੀ ਇੱਥੇ 20 ਲੱਖ ਰੁਪਏ ਮਰਲਾ ਵਿਕੇਗੀ ਉੱਥੇ ਕੀ ਭਾਵ ਆ ਉੱਥੇ ਤੇ ਮੁਫਤ ਪਈ ਆ ਹਾਂ ਕਹਿੰਦੇ ਆ ਉਹਦੇ ਚ ਸਾਇਆ ਵਾ ਡਰੇ ਆ ਉੱਥੇ ਜਾਂਦਾ ਹੀ ਕੋਈ ਨੀ ਹਾਂ ਨਾ ਭਾਈ ਸਾਇਆ ਵਾਲੀ ਜਗ੍ਹਾ ਨੂੰ ਆਪਾਂ ਨੀ ਹੱਥ ਪਾਉਣਾ ਨਾਲ ਕਰ ਲਓ ਚੜੇਲ ਚਪੇੜਾ ਮਾਰ ਗਈ ਮੈਂ ਗਲੀ ਰਾਤ ਮੈਂ ਰਾਤ ਜਾਂਦਾ ਨੀ ਕੁੱਤਾ ਪੈਂਦਾ ਜੀ ਸਾਡੇ ਮਹੱਲੇ ਇੱਕ ਦਰਖਤ ਲੱਗਾ ਵਾ ਉਹਦੇ ਵਿੱਚ ਥੱਲੇ ਉਹਦੇ ਨਾ ਉਹ ਖਜ਼ਾਨਾ ਦੱਬਿਆ ਵਾ ਕਿਸੇ ਨੇ ਅੱਛਾ ਡਰਦਾ ਮਾਰਾ ਉੱਥੇ ਜਾਂਦਾ ਕੋਈ ਨੀ ਉਹ ਚ ਸੇਬ ਆ ਉਸ ਦਰਖਤ ਚ ਲੈ ਵੀ ਇਹ ਕੰਮ ਕਰ ਬਹੁਤ ਅੱਛੇ ਜੇ ਉੱਥੋਂ ਮੈਂ ਉਹਨੂੰ ਸ਼ਹਿਰ ਚਿਮੜ ਕੇ ਫੇਰ ਕਿਹੜਾ ਜਿੰਨਾ ਯਾਰ ਖਜ਼ਾਨੇ ਖਜੂਨੇ ਵਾਲਾ ਮੇਰਾ ਹਿਸਾਬ ਨੀ ਮੈਂ ਆਪਣੇ ਵਿਆਹ ਤੇ ਆਪਣੀ ਬੇਗ ਨੂੰ ਆਰਟੀਫਿਸ਼ੀਅਲ ਪਾਇਆ ਸਾਰਾ ਜੇ ਇਹਨਾਂ ਖਜ਼ਾਨਿਆਂ ਦਾ ਮੈਨੂੰ ਪਤਾ ਮੈਂ ਨਾ ਕੱਢ ਲੂੰਗਾ ਯਾਰ ਸਿਰਫ ਇਹ ਕਲੀਅਰ ਕਰਦੇ ਵੀ ਤੂੰ ਸੱਚੀ ਮੁੱਚੀ ਜਿੰਨ ਹੈ ਭਾਜੀ ਮੇਰਾ ਆਖਰੀ ਸੈੱਲ ਰਹਿਣ ਦਾ ਗੈਪੀ ਵਾਲਾ ਮੈਨੂੰ ਯਾਰ ਮੈਂ ਤੇਰਾ ਸੈੱਲ ਪਵਾ ਦਿੰਦਾ ਯਾਰ ਜਿੱਦੋਂ ਮੈਨੂੰ ਕਿਤੇ ਲੜ ਕੇ ਦੇਖ ਲਓ ਫਿਰ ਮੇਰੇ ਨਾਲ ਚੱਲੇ ਜੀਤੋ ਪਾਕਿਸਤਾਨ ਚ ਉੱਥੇ ਮੈਨੂੰ ਪਹਿਲਾਂ ਹੀ ਦੱਸ ਦੇ ਜਿਹੜੇ ਡੱਬੇ ਚ ਕਾਰ ਆ ਕੌਣ ਸਾ ਡੱਬਾ ਖੋਲੇ ਮੈਂ ਕਵਾਂ ਉਹ 16 ਨੰਬਰ ਉਹ ਚ ਕਾਰ ਹੋਵੇ ਇਹ ਦੱਸ ਦੇਵੇ ਚੱਲ ਮੈਨੂੰ ਕਿਤੇ ਲੈ ਤਾ ਆਪਣੇ ਘਰ ਹਾਜ਼ਰ ਕਰ ਲਾ ਪਰੇਸ਼ਾਨ ਆ ਉਹ ਭਾਈ ਰਹਿਣ ਦੇ ਜਿਹੜੇ ਮੇਰਾ ਵੀਕ ਨੂੰ ਮੇਰਾ ਸ਼ੋਅ ਕਰਦੇ ਆ ਉਹ ਰਹਿਣ ਦਿੰਦਾ ਤੂੰ ਆਪਣੇ ਘਰ ਚ ਛੋਟਾ ਜਿਹਾ ਕਮਰਾ ਦਾ ਲੈਦਾ ਬਣਾ ਲੈਦਾ ਬਣਾ ਲਾ ਉਹ ਹਫਤੇ ਚ 2 ਘੰਟੇ ਉੱਥੇ ਤੇਰੇ ਕੰਮ ਕਰ ਆਇਆ ਨਹੀਂ ਤੇ ਸਾਡੀਆਂ ਟੈਨਸ਼ਨਾਂ ਕਿਹਦੇ ਦੂਰ ਕਰਦੀਆਂ ਉਹ ਸਾਲਿਆ ਮੈਂ ਜੰਮਿਆ ਵਾ ਪਤਾ ਸਾਡੇ ਨਾਲ ਪਾਲਾ ਫਿਰ ਜਿੰਨੀਆਂ ਟੈਨਸ਼ਨਾਂ ਵਾ ਭਾਜੀ ਨੇ ਮੈਨੂੰ ਬੁਲਾਇਆ ਮੈਨੂੰ ਭਾਜੀ ਦੀ ਟੈਨਸ਼ਨ ਤਾਂ ਹੱਲ ਕਰਦੇ ਭੁੱਖੇ ਪੇਟ ਜਿਹੜੇ ਕੋਲ ਤੂੰ ਕੰਮ ਕਰਾਈ ਜਾਂਦੇ ਵੀ ਇੰਨੀ ਮੈਨੂੰ ਭੁੱਖ ਲੱਗੀ ਹੈ ਤੇਰਾ ਟੋਟਰ ਕੰਮ ਮੈਨੂੰ ਸਭ ਪਤਾ ਸਾਰੇ ਕੰਮ ਤੂੰ ਮੇਰੇ ਕੋਲ ਹਰਾਮ ਵਾਲੇ ਕਰਾਉਣੇ ਚੋਰੀ ਕੱਢ ਲਾ ਆਹ ਕੱਟ ਲਾ ਕੱਟ ਲਾ ਮੈਂ ਉੱਧਰ ਦਾ ਸੂਫੀ ਜਿੰਨ ਆ ਸੂਫੀ ਸਹੀ ਗੱਲ ਆਹੋ ਮੈਂ ਸੂਫੀ ਆ ਕਿ ਕਵੀ ਵੀ ਆ ਨਾਲ ਤੂੰ ਉੱਧਰ ਦਾ ਉਹ ਤੈਨੂੰ ਪਤਾ ਇਹਨਾਂ ਗੱਲਾਂ ਤੋਂ ਉੱਧਰੋਂ ਨਿਕਲਿਆ ਹਰਾਮ ਤਾਂ ਨੁਕਮਾ ਆਪਣੀ ਜਵਾਨ ਦੇਖਿਆ ਹਲੇ ਜਮਰ ਨੇ ਫਿਰ
ਯਾਰ ਤੂੰ ਤੇਰੇ ਦਿਮਾਗ ਚ ਨੈਗੇਟਿਵ ਵੀ ਆ ਰਿਹਾ ਵੀ ਮੈਂ ਚੋਰੀ ਕਰ ਲਵਾਂ, ਤੈਨੂੰ 16 ਨੰਬਰ ਕਾਰ ਦੱਸ ਦੇਵੇ, ਤੂੰ ਕਾਰ ਲੈ ਕੇ ਘਰ ਆ ਜਾਵੇਂ, ਉਹਨੇ ਏਡਾ ਤੂੰ ਨੂੰ ਇਸੀ ਸਮਝਿਆ ਸਰ ਜੀ। ਫਿਰ ਇਹ ਮੇਰੇ ਨਾਲ ਏਦਾਂ ਕਰ ਲਵੇ, ਇਹ ਜਾਦੂ ਕਰਦਾ ਹਨਾ ਸਾਡੇ ਘਰ ਦੇ ਸਾਹਮਣੇ ਬੈਂਕ ਵਾਲ ਰੋਡ ਦੇ ਉੱਤੇ, ਇਹ ਜਾਦੂ ਨਾਲ ਦੇ ਤਾਲੇ ਤੋੜ ਦੇ ਤੇ ਮੈਂ ਰਾਤ ਨੂੰ ਬੈਂਕ ਲੁੱਟਿਆ। ਤਾਲੇ ਕੱਲੇ ਤੋੜ ਦੇਵੇ, ਹਾਂ ਮੈਂ ਅੱਗੋਂ ਕੰਮ ਤੇਰਾ, ਅੱਗੋਂ ਮੇਰਾ। ਉਹ ਸਾਲਿਆ ਮੈਂ ਪੁੱਟੋ ਲਾਕ ਮਾਸਟਰ ਵਾਲਾ ਵਾ, ਵੀ ਮੈਂ ਤੇਰੇ ਕੰਮ ਹੀ ਤੇਰੇ ਤਾਲਾ ਤੋੜ ਦਵਾਂ, ਕਿ ਤੇਰਾ ਦਰਖਤ ਪੱਟ ਦਵਾਂ, ਕਿ ਤੇਰਾ ਡੱਬਾ ਕੱਢ ਦਵਾਂ, ਮੈਨੂੰ ਛੱਡ ਦੇ ਤੂੰ ਪੁਰ ਕਰਾਈ ਆ। ਚਵਲਾ ਨਮਸਤਾ ਜੀ, ਆ ਜਿੰਨ ਦੇ ਉੱਤੇ ਭਲਾ ਕੀ ਲੱਗਾ ਵਾ, ਜਦੋਂ ਜਿੰਨ ਫੁੱਲ ਹੋ ਜਾਂਦਾ ਨਾ ਉੱਤੋਂ ਡੁੱਲਣ ਲੱਗ ਪੈਂਦਾ, ਉੱਤੇ ਫਿਰ ਥੱਲੇ ਉਹ ਕਹਿੰਦੇ ਆਹ ਮੋਟਰ ਬੰਦ ਕਰ, ਜਿੰਨ ਤੁਹਾਡਾ ਜਿੰਨ ਭਰ ਗਿਆ, ਤੁਹਾਡਾ ਚਿੰਨ ਭਰ ਗਿਆ, ਮੋਟਰ ਬੰਦ ਕਰੋ। ਉਸਤਾਦ ਜੀ ਮੇਰੀ ਇੱਕ ਛੋਟੀ ਜਿਹੀ ਅਰਜ਼ੀ ਇਹ ਹੈ ਕਿ ਮੈਂ ਚਾਹੁੰਦਾ ਕਿ ਜਿੰਨ ਮੇਰੇ ਵਾਸਤੇ ਇਸ ਤਰ੍ਹਾਂ ਦਾ ਕੰਮ ਕਰੇ, ਅਮਰ ਭਾਈ ਤਬਲੇ ਵਾਲੇ, ਉਹ ਮੈਨੂੰ ਫੋਨ ਤੇ ਫੋਨ ਕਰੀ, ਜਿਹੜੇ ਰਾਹਤ ਭਾਜੀ ਦੇ ਨਾਲ ਹੁੰਦੇ, ਹਾਂਜੀ ਉਹ ਮੈਨੂੰ ਫੋਨ ਤੇ ਫੋਨ ਹੀ ਕਰੀ ਜਾਣ, ਯਾਰ ਨੋਨੀ ਤੂੰ ਕਦੋਂ ਗਾਉਣਾ ਯਾਰ, ਮੈਂ ਤਰਸਨ ਆ ਤੇਰੇ ਮਗਰ ਵਿੱਚ। ਅੱਛਾ ਉਹਦਾ ਆਪਣਾ ਇੱਕ ਹਿਸਾਬ ਉਹਨੇ ਲਾਇਆ ਵੀ ਗਾਣੇ ਚ, ਉਹਦਾ ਆਪਣਾ ਜਿੱਦਾਂ ਦੀ ਸੋਚ ਸੀ ਇਹਦੀ ਆਪਣੀ ਸੋਚ, ਯਾਨੀ ਤੂੰ ਸਿੰਗਰ ਬਣਨਾ, ਹਾਂਜੀ ਔਰ ਕਿੱਦਾਂ ਦਾ ਬਣਨਾ ਵੀ ਮਕਾਮੇ ਤੌਬਾ, ਸੋਚ ਤੇ ਚੈੱਕ ਕਰੋ, ਕਹਿੰਦਾ ਖਾਨ ਸਾਹਿਬ ਰਾਹਤ ਫਤਿਹ ਅਲੀ ਸਾਹਿਬ ਦਾ ਮੈਨੂੰ ਫੋਨ ਆਵੇ ਤੇ ਉਹ ਕਹਿਣ ਨੋਨੀ ਤੂੰ ਕਦੋਂ ਗਾਉਣਾ, ਮੈਂ ਤੇਰੇ ਨਾਲ ਹਾਰਮੋਨੀਅਮ ਵਜਾਉਣਾ, ਖਾਹਿਸ਼ ਤੇ ਚੈੱਕ ਕਰ ਲਾ ਕਰਦੀਆਂ ਤਾਂ ਫਿਰ ਇਹਦਾ ਤੇ ਇਹ ਕੰਮ ਕਰੋ ਯਾਰ, ਲੇਕਿਨ 19-20 ਦਾ ਫਰਕ ਪਏਗਾ ਵਿੱਚ। ਅਗਰ ਰਾਹਤ ਸਾਹਿਬ ਦਾ ਨਾ ਹੋਇਆ, ਚਾਹਤ ਫਤਿਹ ਅਲੀ ਖਾਨ ਉਹਨਾਂ ਦਾ ਹੋ ਜਾਏਗਾ, ਆਪਣਾ ਸਕਾ ਵਾਲ ਦੇਖਿਆ ਕਿੰਨੀ ਦੇਰ ਹੋ ਗਈ, ਸਹੀ ਦੱਸੇ ਸਾਹਮਣੇ ਬੈਠਾ, ਦੇਰ ਕਦੀ ਹੋ ਗਈ, ਦੱਸ ਗਿਆ ਯਾਰ ਤੂੰ ਜਿੰਨ ਆ ਕਿ ਤੂੰ ਕੀ ਆ ਭਾਜੀ। ਹੁਣ ਤੁਸੀਂ ਮੈਨੂੰ ਹਾਜ਼ਰ ਕੀਤਾ ਵਾ ਆਪਣੇ ਮਿਸਾਈਲ ਵਾਸਤੇ, ਆਡੀਅੰਸ ਦੇ ਮਿਸਾਈਲ ਵਾਸਤੇ, ਤੁਹਾਡੀ ਮੇਰੀ ਫੋਨ ਤੇ ਕੀ ਗੱਲ ਹੋਈ ਸੀ ਕਿ ਯਾਰ ਮੈਂ ਚਾਹ ਰਿਹਾ ਕਿ ਅਸੀਂ ਮਿਲ ਕੇ ਕੁਛ ਆਡੀਅੰਸ ਅੱਛਾ ਕਰੀਏ, ਤੇ ਫਿਰ ਆ ਫਕਰੌਟੀ ਮੇਰੇ ਪਿੱਛੇ ਪਾ, ਚਲੋ ਇਹਨੂੰ ਛੱਡੋ, ਲਓ ਜੀ ਆ ਮੇਰੀ ਆਡੀਅੰਸ ਨੇ, ਠੀਕ ਆ ਜੀ, ਇਹ ਮੇਰੀ ਫੈਮਿਲੀ ਆ ਸਾਡੀ, ਪਿਆਰ ਕਰਦੇ ਸਾਰੇ, ਮੈਂ ਚਾਹੁੰਦਾ ਇਹਨਾਂ ਦੇ ਸਾਰੇ ਮਸਲੇ ਤੂੰ ਹੱਲ ਕਰ, ਪੁੱਛੋ ਇਹਨਾਂ ਦੇ ਵਿੱਚੋਂ ਕਈਆਂ ਨੂੰ ਸ਼ੂਗਰ ਆ, ਕਈਆਂ ਨੂੰ ਗੁਰਦੇ ਦਾ ਮਸਲਾ, ਕਈਆਂ ਨੂੰ ਜਿਗਰ ਦਾ ਮਸਲਾ, ਕਈਆਂ ਨੂੰ ਟੈਨਸ਼ਨ ਦਾ ਮਸਲਾ, ਕਈਆਂ ਦੇ ਕਾਰੋਬਾਰ ਨਹੀਂ ਚੱਲਣ ਦੇ, ਕਿਸੇ ਦੇ ਧੀ ਪੁੱਤ ਨਹੀਂ ਹੁੰਦੇ ਆ, ਕਿਸੇ ਦੇ ਇਕੱਲੇ ਪੁੱਤਰ ਹੀ ਨੇ, ਕਿਸੇ ਦੀਆਂ ਇਕੱਲੀਆਂ ਧੀਆਂ ਹੀ ਨੇ, ਕਿਸੇ ਦੇ ਔਲਾਦ ਹੀ ਨਹੀਂ ਹੁੰਦੇ, ਕਿਸੇ ਦਾ ਵਿਆਹ ਨਹੀਂ ਹੁੰਦੇ ਆ, ਕਿ ਕੋਈ ਮਾਂ ਦਾ ਨਾ ਫਰਮਾਨ ਆ, ਕੋਈ ਮਾਂ ਆਪਣੀ ਨੌਂ ਤੋਂ ਦੁਖੀ ਆ, ਕੋਈ ਕਾਰੋਬਾਰ ਚ ਕੋਈ ਦੁਕਾਨ ਨਹੀਂ ਚੱਲਣ ਦੀ, ਠੀਕ ਆ, ਕੋਈ ਚੋਰੀ ਹੋ ਗਈ ਉਹ ਨਹੀਂ ਲੱਭਣ ਦੀ, ਕਿਤੇ ਜ਼ਿਆਦਤੀ ਹੋ ਗਈ ਪੁਲਿਸ ਨਹੀਂ ਗੱਲ ਸੁਣਨ ਦੀ, ਇੱਦਾਂ ਦੇ ਇਹ ਮੈਂ ਤੁਹਾਨੂੰ ਹਾਲੇ 1% ਦੱਸੇ ਆ, ਠੀਕ ਆ ਜੀ, ਅੱਖਾਂ ਕਈਆਂ ਦੀਆਂ ਕਮਜ਼ੋਰ ਨੇ, ਨਜ਼ਰ ਦਾ ਪਤਾ ਨਹੀਂ ਲੱਗਣ ਦਿਆ, ਐਨਜ਼ਾਇਟੀ ਕਈਆਂ ਨੂੰ ਹੋ ਗਈ ਹੈ, ਠੀਕ ਆ ਜੀ, ਬਲੱਡ ਪ੍ਰੈਸ਼ਰ ਦੀ ਬਿਮਾਰੀ ਹੈ ਕਈਆਂ ਨੂੰ, ਠੀਕ ਆ ਜੀ, ਹਾਂਜੀ ਆਹਲੇ 1% ਆ, ਅਪੈਂਡਿਕਸ ਕਈਆਂ ਨੂੰ ਵਿਚਾਰਾ, ਮੈਂ ਚਾਹੁੰਦਾ ਹੁਣ ਇਹਨਾਂ ਦਾ ਘਰ ਬੈਠੇ ਮਸਲਾ ਤੂੰ ਫੂਕ ਮਾਰੀ ਜਿਵੇਂ ਹੱਲ ਹੋਈ ਜਿਵੇਂ, ਤੂੰ ਜਾ ਕੇ ਬਸ ਮਸਲੇ ਹੱਲ ਕਰੀ ਜਿਵੇਂ, ਨਹੀਂ ਮੈਂ ਕਿਤੇ ਸਕੂਟਾ ਟਰਸਟ ਪਾਇਆ ਵਾ, ਸਾਰੇ ਨੂੰ ਮਸਲੇ ਹੱਲ ਮੈਂ ਕਰਨੇ, ਮੇਰੇ ਆਪਣੇ ਕੱਲ ਦੀ ਪੱਥਰੀ ਚ ਹਾ ਦਰਦ ਠੰਡਾ ਹੀ ਹੈ, ਪਰੇਸ਼ਾਨ ਬਿਮਾਰੀਆਂ ਬਿਮਾਰੀਆਂ ਦਾ ਨਹੀਂ, ਉਹਦੇ ਸ਼ੂਗਰ ਦਾ ਕੁਛ ਕਰ ਲਿਆ, ਸ਼ੂਗਰ ਵਾਲਾ ਭਾਜੀ ਮੈਂ ਇੱਕ ਵਾਰੀ ਇੱਕ ਬੰਦੇ ਨੂੰ ਚਿਬੜ ਗਿਆ, ਉਹਨੂੰ ਸ਼ੂਗਰ ਸੀਗੀ, ਉਹ ਡੇਲੀ ਉਹਨੇ ਇਨਸੁਲਿਨ ਲਾਉਣੀ, ਉਹਨੇ ਐਂਟੀ ਸੂਈ ਅੱਧੀ ਮੇਰੇ ਧੁੱਕ ਤੇ ਧੱਕ ਦੇਣੀ ਅੰਦਰ ਨੂੰ, ਅੱਧੀ ਉਹਦੇ ਉੱਪਰ ਹੀ ਡਾਈ, ਮੇਰਾ ਅੰਦਰੋਂ ਢਿੱਡ ਚ ਕੀ ਨੂੰ ਐਂ ਛਾਨਣੀ ਲਗਾ ਹੋਇਆ ਮੈਂ 40 ਟੈਪ, ਹੁਣ ਜਦੋਂ ਵੀ ਇਨਸੁਲਿਨ ਲਾਉਂਦਾ ਮੈਂ ਪਿੱਛੋਂ ਹੇਠ ਰੱਖ ਦਿੰਦਾ ਇੰਨੀ ਗੱਲ।
ਇੰਜ ਕਰਕੇ ਤੁਰਿਆ ਜਾਣ ਲੱਗਾ ਭਾਜੀ, ਮੈਨੂੰ ਬੰਦਾ ਚੰਗਾ ਲੱਗਾ, ਮੌਜੂਦ ਲੱਗਾ। ਮੈਂ ਕਿਹਾ ਯਾਰ ਬੰਦਾ ਠੀਕ ਹੈ, ਚਲੋ ਹਫ਼ਤਾ ਕੰਡ ਕੱਢਾਂਗੇ। ਇੰਜ ਕਰਕੇ ਭਾਜੀ ਮੈਂ ਛਾਲ ਮਾਰ ਕੇ ਉਹਦੇ ਵਿੱਚ ਵੜ ਗਿਆ। ਨਹਿਰ ਤੁਰੀ ਜਾ ਰਹੀ ਸੀ ਖਰਾਬ ਹੋ ਜਾਂਦਾ ਏਦਾਂ। ਤੂੰ ਉਹਨੂੰ ਚਿੰਬੜ ਗਿਆ ਉਹਦੇ ਅੰਦਰ, ਤੂੰ ਪਛੇ ਕਰ ਗਿਆ, ਆਹੋ ਮੇਰੀ ਲੇਵੀ ਸੁੱਕੀ, ਮੈਂ ਚਿੰਬੜ ਨੀ ਸਕਦਾ। ਤੇਰੀ ਲੇਵੀ ਪਿਛਲੀ ਵਾਰੀ ਵੀ ਸੁੱਕੀ, ਤੂੰ ਉਹ ਬੱਕਲ ਲਵਾ ਲਾ, ਚਿੰਬੜ ਕੇ ਬੰਦ ਕਰ ਲਿਆ। ਤੇ ਭਾਜੀ ਉਸ ਬੰਦੇ ਨੂੰ ਮੈਂ ਚਿੰਬੜਿਆ ਵਾ, ਉਸ ਬੰਦੇ ਦੇ ਦੋਵੇਂ ਗੁਰਦੇ ਖਰਾਬ ਸੀ। ਉਹਨੂੰ ਕਿਤੇ ਪਤਾ ਲੱਗ ਗਿਆ, ਬਾਬੇ ਨੇ ਕਿਹਾ ਤੇਰੇ ਅੰਦਰ ਜਿੰਨ ਵਾ। ਉਹਨੇ ਕਿਹਾ ਲਓ ਜੀ ਤੂੰ ਭਲਾ, ਬਾਬੇ ਨੂੰ ਕਹਿਣ ਲੱਗਾ ਕਹਿੰਦਾ ਫਿਰ ਮੇਰੇ ਗੁਰਦੇ ਜਿੰਨ ਤੇ ਕਰਦੇ, ਤੇਰੇ ਨਾਲ ਬਦਲਦੇ, ਐਕਸਚੇਂਜ ਕਰਦੇ। ਮੈਨੂੰ 1.5 ਮਹੀਨਾ ਪਤਾ ਲੱਗਾ ਮੇਰੇ ਗੁਰਦੇ ਚਲਾਉਂਦਾ ਰਿਹਾ। ਬਾਬੇ ਨੇ ਕੋਈ ਜਾਲੀ ਜੀ ਪੜ੍ਹਾਈ ਕੀਤੀ ਜਿਹੜੀ ਹੁੰਦੀ ਨੀ, ਮੈਂ ਉਹ ਸੁਣ ਕੇ ਬਾਹਰ ਆ ਗਿਆ। ਬਾਬਾ ਸ਼ਾਮ ਮੇਰੇ ਘਰ ਆਇਆ, ਉਹਨੇ ਕਿ ਯਾਰ ਮੈਂ ਸੱਚਾ ਵਾ ਜੈਨ ਬਾਦਸ਼ਾਹ। ਮੈਂ ਕਿਹਾ ਤੂੰ ਭਾਵੇਂ ਨੀ ਸੱਚਾ, ਮੈਂ ਨਿਕਲਾ ਸੀ, ਮੈਂ ਨਿਕਲ ਆਇਆ, ਹੁਣ ਕੰਮ ਨਾ ਬਣਾ ਲੂੰਗਾ ਮੇਰਾ ਭਾਈ। ਇੱਕ ਬੰਦੇ ਦੇ ਵਿੱਚ ਵੜਿਆ ਸਾਹ ਜੀ, 2 ਘੰਟੇ ਬਾਅਦ ਉਹਨੂੰ ਪੁਲਿਸ ਚੱਕ ਲੈ ਗਈ, ਬਾਅਦ ਚ ਉਹਦਾ ਰਿਮਾਂਡ ਲੱਗਣਾ ਸੀ, ਨਾਲ ਚ ਸਰਕਾਰ ਰਿਮਾਂਡ ਤੋਂ ਹੋ ਗਈ ਭਾਜੀ, ਮੈਂ ਮਹੀਨਾ ਅੰਦਰ ਰਿਹਾ, ਉਹਨੂੰ ਲਗੜਾ ਕੇ ਲੈ ਗਏ। ਪਾਣੀ ਪੀਆ ਕਰ, ਨਿਹਾਰ ਉੱਠ ਕੇ ਪਾਣੀ ਦਾ 1.5 ਗਲਾਸ ਪੀਣਾ ਮੈਂ। ਉਹ ਯਾਰ ਇਹ ਨਹੀਂ, ਇਹ ਸਾਨੂੰ ਵੀ ਪਤਾ ਤੂੰ ਜਿੰਨ ਖਾਦਾ, ਇਹ ਤੇ ਬੱਚੇ ਨੂੰ ਪਤਾ, ਪਾਕਿਸਤਾਨ ਦੇ ਨੂੰ ਵੀ ਸਵੇਰੇ ਉੱਠ ਕੇ ਨਿਹਾਰ ਪਾਣੀ ਪੀਓ, ਦੁਨੀਆਂ ਦੀ ਹਰ ਸ਼ੈ ਜਿਹੜੀ ਆ ਖਤਮ ਹੋ ਜਾਂਦੀ। ਸਾਡੇ ਮੁਆਸ਼ਰੇ ਚ ਇੱਕ ਤੇ ਇਹ ਬੜਾ ਇਲਾਜ ਤੁਰੇ ਆ, ਕਿਸੇ ਬੰਦੇ ਨੂੰ ਕੀ ਗੱਲ ਹੋਈ, ਉਹਨੇ ਕਿਹਾ ਤਬੀਅਤ ਖਰਾਬ ਹੋ ਗਈ, ਜਾਣਦੇ ਡਾਕਟਰ ਸਵੇਰੇ ਉੱਠ ਕੇ ਨਿਹਾਰ 2 ਗਲਾਸ ਪਾਣੀ ਪੀਆ ਕਰ, ਉਹਨੂੰ ਭਾਵੇਂ ਮਰਜ਼ ਐਸੀ ਹੋਵੇ ਪਹਿਲੇ ਗਲਾਸ ਨਾਲ ਮਰ ਜੇ। ਯਾਰ ਭਾਜੀ ਕਿਤੇ ਸਕੂਟਾ MBBS ਆ ਵੀ, ਮੈਂ ਕਿਤੇ ਬੜਾ ਸੋਹਣਾ ਹਸਪਤਾਲ ਪਾਇਆ ਵਾ। ਯਾਰ ਤੂੰ ਜਿੰਨਾ ਤੂੰ ਬਸੇਰਾ ਕਰ ਮੇਰੀ ਲੋਕਾਂ ਦੇ ਅੰਦਰ ਜਾ ਕੇ ਉਹਨਾਂ ਦੀਆਂ ਕਰਕੇ। ਹਾਂ ਭਾਜੀ ਮੇਲ ਕਰਨਾ ਮੈਨੂੰ MR ਸਜਾ ਤੇ, ਮੈਂ ਫਿਰ ਉਹਨੂੰ ਕੱਲੇ ਕੱਲੇ, ਹੁਣ ਸਾਰੇ ਨੇ ਨੁਸਖੇ ਸੁਣ ਸਕਦਾ, ਡਿਪਰੈਸ਼ਨ ਦਾ ਮੇਰੇ ਕੋਲ ਹੱਲ ਹੈ, ਡਿਪਰੈਸ਼ਨ ਦਾ ਹੈਗਾ ਉਹ ਤੇ ਕਰ। ਨਿਹਾਰ ਤੁਸੀਂ ਉੱਠ ਕੇ ਭਾਜੀ ਨੰਗੇ ਪੈਰ ਪਾਰਕਿੰਗ ਵਾਕ ਕਰਨੀ ਆ, ਹਾਂ ਇਹ ਦੇਖਿਆ ਤੇ ਤੂੰ ਕਹਦਾ ਜੇ ਨਾ, ਫਿਰ ਇਹ ਤਾਂ ਪਤਾ ਸਾਰਿਆਂ ਨੂੰ ਵਾਕ ਉਹਨਾਂ ਨੇ ਕਰਨੀ, ਤੂੰ ਕੀ ਕਰ। ਮੈਂ ਕਹਿੰਦਾ ਜਾਦੂਈ ਕਰ, ਤਿਲਸਮਾਤੀ ਇਲਾਜ ਕਰ। ਕਿੰਜ ਬੰਦਾ ਬੈਠਾ, ਉਹਨੂੰ ਡਾਕਟਰ ਨੇ ਜਵਾਬ ਦਿੱਤਾ, ਉਹਨੇ ਕਿ ਭਾਜੀ ਤੁਹਾਨੂੰ ਸ਼ੂਗਰ ਆ, ਤੂੰ ਇੰਜ ਕਰਕੇ ਸ਼ੂ ਉਹਦੇ ਅੰਦਰੋਂ ਫੇਰਾ ਪਾ ਕੇ ਗਿਆ, ਉਸ ਤੋਂ ਬਾਅਦ ਉਹਨੇ ਟੈਸਟ ਕਰਾਇਆ, ਸ਼ੂਗਰ ਆਇਆ ਨੀ, ਇੰਜ ਤਾਂ ਕੁਛ ਕਰ। ਉਹ ਮੈਂ ਇੱਦਾਂ ਲੋਕਾਂ ਦੇ ਅੰਦਰ ਰਿਹਾ ਵਾ, ਮੈਨੂੰ ਆਪਣੇ ਨੂੰ ਬਿਮਾਰੀਆਂ ਲੱਗ ਜਾਂਦੀਆਂ ਵਾ, ਯਾਰ ਅਸੀਂ ਫੈਲਦੇ ਨੀ, ਵਬਾਹ ਫੈਲਦੀ ਨੀ, ਮੈਨੂੰ ਫੈਲ ਜਾਂਦੀ ਆ, ਮੈਨੂੰ ਲੱਗ ਜਾਂਦੀ ਆ। ਕੀ ਤੇਰੇ ਨਾਲ ਕੀ ਹੋਣਾ, ਕੀ ਹੋਇਆ ਤੇਰੇ ਨਾਲ ਯਾਰ? ਇੱਕ ਬੰਦਾ ਸੀ, ਉਹਨੂੰ ਗੈਸ ਬਹੁਤ ਹੁੰਦੀ ਸੀਗੀ ਭਾਜੀ, ਉਹਦੇ ਅੰਦਰ ਮੈਂ ਚਿਬੜਿਆ ਵਾ, ਮੈਨੂੰ ਗੈਸ ਹੋਣ ਲੱਗੀ, ਮੈਂ ਫੁੱਲੀ ਗਿਆ, ਉਹ ਬੰਦਾ ਛੋਟਾ ਹੋ ਗਿਆ, ਮੈਂ ਤੈਨੂੰ ਫੁੱਲੀ ਗਿਆ, ਪਟਾਕਾ ਪੈ ਗਿਆ ਸਾਡਾ, ਭਾਜੀ ਏਦਾਂ ਨੀ ਹੋ ਸਕਦਾ। ਜਾਂ ਤਾਂ ਮੈਂ ਇਹ ਕਰ ਸਕਦਾ, ਇਹਨਾਂ ਦਾ ਹਿੱਸਾ ਮੈਂ ਸਵੇਰੇ ਦੌੜਿਆ ਕਰਾਂ, ਮੇਰਾ ਭਾਜੀ ਘਟ ਜੂ, ਇਹਨਾਂ ਦਾ ਤੈਨੂੰ ਘਟਣਾ, ਸ਼ੂਗਰ ਯਾਰ ਤੂੰ ਜਿੰਨ ਖਾਦ ਯਾਰ ਤੂੰ।
ਯਾਰ ਦੇਖੋ ਤੁਸੀਂ ਮੇਰੀ ਸੁਣੋ ਗੱਲ, ਤੁਸੀਂ ਇਹ ਜਿਹੜੇ ਲੋਕਾਂ ਨੂੰ ਸਦਰ ਬਣਾਉਂਦੇ ਹੋ ਵਜ਼ੀਰ ਆਜ਼ਮ, ਉਹ ਵੀ ਅੱਛੇ ਮਸ਼ਵਰੇ ਦਿੰਦੇ ਆ ਯਾਰ। ਨਹੀਂ ਨਹੀਂ ਤੂੰ, ਤੁਹਾਨੂੰ ਚਿਰਾਗ 'ਚ ਜਦੋਂ ਕੋਈ ਬੰਦਾ ਰਗੜਦਾ ਚਿਰਾਗ ਬਾਹਰ ਆਉਂਦਾ, ਤੁਸੀਂ ਕਹਿੰਦੇ ਨਹੀਂ ਹੂ ਹੋ ਕਿਆ ਹੁਕਮ ਹੈ ਮੇਰੇ ਆਕਾ, ਕੁਛ ਤਾਂ ਨਹੀਂ। ਮੈਂ ਤਾਂ ਕਿਹਾ ਤੁਹਾਨੂੰ ਯਾਰ ਕੁਛ ਤੇ ਕਰ ਯਾਰ, ਸਾਡਾ ਕੋਈ ਸ਼ੂਗਰ ਦਾ ਕੋਈ ਹਿਸਾਬ ਲਾ ਦੇ ਯਾਰ, ਸ਼ੂਗਰ ਦਾ ਯਾਰ ਕੋਈ ਲਾ ਦੇ ਹਿਸਾਬ, ਸ਼ੂਗਰ ਮੁਕਾ ਦੇ ਲੋਕਾਂ 'ਚੋਂ ਯਾਰ, ਸਾਡੇ ਮੇਰੀ ਫੈਮਿਲੀ ਸਾਰੀ 'ਚੋਂ। ਮੈਂ ਭਾਜੀ ਮੇਰੀ ਸੁਣੋ ਗੱਲ, ਤੁਹਾਡੀ ਆਡੀਅੰਸ ਜੇ ਇੱਡੀ ਕਿਤੇ ਸਾਨੂੰ ਰਹਿ ਤਾਂ ਕਿਤੇ ਬਿਮਾਰ ਆ, ਤੁਸੀਂ ਕਿਤੇ ਪਹਿਲੇ ਇਲਾਜ ਕਰਾ ਲਓ। ਸਾਰੇ ਨਹੀਂ ਬਿਮਾਰ, ਵਿੱਚੋਂ ਕਈ ਹੁਣ ਇੰਨੇ ਲੱਖਾਂ ਬੰਦਾ ਵਾ, ਉਹ 'ਚੋਂ ਵਿਚਾਰੇ ਨੂੰ ਕਿਸੇ ਨੂੰ ਕੋਈ ਮਸਲਾ ਵਾ, ਕੋਈ ਸਾਡੀ ਮਾਂ ਨੂੰ ਸ਼ੂਗਰ ਆ, ਕਿਸੇ ਸਾਡੇ ਕੋਈ ਮਸਲਾ ਕੋਈ ਖਰਾਬੀ ਆ, ਕਿਸੇ ਦੀ ਨਜ਼ਰ ਕਮਜ਼ੋਰ ਆ, ਕਿਸੇ ਦੀ ਐਨਕ ਲੱਗੀ, ਚਾਰ ਚਾਰ ਪੰਜ ਪੰਜ ਨੰਬਰ ਦੀ ਐਨਕ ਲੱਗੀ, ਕੁਛ ਤੇ ਕਰ ਕਿਸੇ। ਉਹ ਭਾਈ ਮੈਂ ਆਪ ਲੈਂਸ ਲਵਾਏ ਆ, ਐਨਕਾਂ ਮੈਂ ਕਿੱਥੇ ਲਵਾ ਦੇਣੀਆਂ ਯਾਰ। ਇੱਕ ਹਾਗੋਂ ਆਹ ਨਾ ਮੈਨੂੰ ਗੱਲ ਸੁਣਾਇਆ ਕਰ, ਅਸੀਂ ਤੈਨੂੰ ਐਸ ਏ ਜਿੰਨ ਲੈ ਰਹੇ ਹਾਂ ਤੈਨੂੰ ਪਾਗਲ ਜਿੰਨ, ਇਹ ਮੇਰੇ ਦਿਮਾਗ 'ਚੋਂ ਨਿਕਲ ਗਿਆ ਨਾ ਕਿ ਤੂੰ ਜਿੰਨ ਆ, ਤੇ ਮੈਂ ਸੋਹਣਾ ਉੱਥੇ ਘਾ ਤੇ ਨਾ ਤੈਨੂੰ ਸਾਰੀ ਸਫਾਈ ਸਵੇਰ ਤੋਂ ਰਾਤ ਤੱਕ ਤੇਰੇ ਕੋਲ ਕਰਾਇਆ ਕਰਨੀ, ਤੈਨੂੰ ਪਤਾ ਨਹੀਂ ਇੱਥੇ ਮੈਂ ਕੀ ਹਾਲ ਕਰਦਾ। ਇੱਕ ਕਾਲ ਕਰ ਲਈ ਆ, ਕੋਹ ਕਾਫਸ਼ ਬੰਦੇ ਆਉਂਦੇ ਹੋਏ ਕਿੱਦਾਂ ਤੇਰੇ ਮਗਰ, ਹਾਂਜੀ ਉਹਨਾਂ ਸਟੂਡੀਓ ਸਾਰਾ ਹਲਾ ਨੂੰ ਕੁਚਲ ਜਾਣਾ ਵਾ ਇੱਥੇ ਢੇਰੀ। ਅੱਛਾ ਸਾਡੇ ਬੇਟਾ ਕਿਰ ਕਰਨ ਲਈ ਹਲਾ ਜਾਣਾ ਉਹਨਾਂ ਨੇ ਸਟੂਡੀਓ, ਤੂੰ ਕੱਖ ਭੰਨ ਕੇ ਦੂਰਾ ਨਹੀਂ ਕਰ ਸਕਦਾ ਤੇ ਫਿਰ ਤੂੰ ਜਾ, ਉਹ ਜਿਹੜੇ ਹਲਾਉਣ ਵਾਲੀ ਜਿਹਨਾਂ ਦੀ ਸ਼ਕਤੀ ਉਹਨਾਂ ਨੂੰ ਭੇਜ ਕਿਸੇ ਨੂੰ, ਉਹਦੇ ਕੋਲ ਅਸੀਂ ਕੰਮ ਕਰਾਈਏ। ਤੂੰ ਇਹਦਾ ਭੰਡ ਪੁਣਾ ਕਰੀ ਜਾ ਰਿਹਾ, ਕਿਹੜਾ ਚਿੰਨ ਆ ਤੂੰ ਹੈ, ਯਾਨੀ ਕਿ ਉਹ ਡਾਇਰੈਕਟ ਹੋ ਜਾਣ ਮੇਰੀ ਰੋਜ਼ੀ ਰੋਟੀ ਬੰਦ ਹੋ ਜਾਵੇ। ਲੈ ਭਾਜੀ ਭਿੱਖੀ ਪਿੰਡ ਦੀ, ਭਿੱਖੀ ਪਿੰਡ ਮੈਂ ਯਕਦਮ ਬੱਸ 'ਚ ਉਤਰਿਆ ਵਾ, ਉੱਥੇ ਮੈਂ ਰੋਹ ਪੀਣ ਲੱਗਾ, ਇੱਕ ਪਤਾ ਮੈਨੂੰ ਨਜ਼ਰ ਆਇਆ, ਮੈਂ ਛਾਲ ਮਾਰ ਕੇ ਉਹਦੇ ਵਿੱਚ ਵੜ ਗਿਆ। ਹਵਾ ਭਰਾ ਕੇ ਬੰਦਾ ਤੁਰਿਆ ਜਾਂਦਾ ਸੀ, ਨਹਿਰ ਤੁਰੀ ਜਾਂਦੀ ਸੀ, ਛਾਲ ਮਾਰ ਕੇ ਵਿੱਚ ਵੜ ਗਏ, ਮੋਬਾਈਲ ਬਾਹਰ ਫੜਾ ਜਾਣਾ ਸੀ ਤੇ ਅੰਦਰ ਗਿੱਲਾ ਹੋ ਗਿਆ, ਖਰਾਬ ਨਾ ਹੋ ਜੇ। ਮੈਂ ਉਹਦੇ ਵਿੱਚ ਵੜਿਆ ਭਾਜੀ, ਉਹਨੂੰ ਸ਼ੂਗਰ ਸੀ। ਅੱਛਾ, ਅੱਲਾਹ ਦਾ ਆਪਾਂ ਲੱਗਦੇ ਨਾਲ ਸਿਹਤ ਦੇਵੇ ਦੋਸਤਾ, ਉਹਨੇ ਮੈਨੂੰ ਤਾਂ ਸਾਈਡ ਇਫੈਕਟ ਕਰਤਾ, ਸਵੇਰੇ ਉੱਠ ਕੇ 3 ਵਜੇ ਪਾਰਕ ਚਲ ਜਾਂਦਾ ਸੀ, ਮੇਰਾ ਉਹੀ ਟਾਈਮ ਸੌਂਦਾ ਸੀ, ਮੈਂ ਅੰਦਰ ਹੀ ਐਂ ਪੁੱਜ ਜਾਣਾ। ਕੀ ਫਿਕਾ ਹੋ ਰਿਹਾ ਵੀ ਉਹਨੇ ਘਰ ਆਉਣਾ, ਆ ਕੇ ਮੈਂ ਅੰਦਰ ਹੀ ਪਸੀਨਾ ਪੋਚ ਦੇਣਾ, ਇੰਜ ਕਰਕੇ ਮੈਨੂੰ ਅੰਦਰ ਹੀ ਖਲੀਆਂ ਪੈ ਗਈਆਂ। ਮੈਂ ਕਹੀ ਜਾਣਾ, ਮੈਂ ਉਹਨੂੰ ਪਿੱਛੇ ਨੂੰ ਚੋਰ ਦੇਣਾ, ਉਹਨੇ ਅੱਗੇ ਨੂੰ ਚੋਰ ਲਾਉਣਾ, ਉਹਨੇ ਰਨਿੰਗ ਕਰੀ ਜਾਣੀ। ਮੈਂ ਰਨਿੰਗ, ਸ਼ੂਗਰ ਬਹੁਤ ਅੱਛੀ ਆ, ਵਾਕ ਵੈਸੇ ਹੀ ਬੜੀ ਅੱਛੀ ਗੱਲ ਆ, ਇਹ ਸਾਨੂੰ ਪਤਾ ਵਾ, ਤੂੰ ਕੋਈ ਅਨਹੋਨੀ ਕਰ, ਕਰਾ ਮੈਨੂੰ ਦੱਸੋ, ਮੈਂ ਕੀ ਦਵਾਈ ਤਿਆਰ ਕਰ ਦਵਾ। ਨਹੀਂ ਸ਼ੂਗਰ ਖਿੱਚ ਲਿਆ ਅੰਦਰੋਂ ਇੰਜ ਕਰ। ਉਹ ਪਾਜੀ ਨਹੀਂ ਤਾਂ ਹੁੰਦਾ, ਇਹ ਤਾਂ ਨਹੀਂ ਕਰ ਸਕਦੇ ਸੀ, ਮੈਂ ਚਿੰਨ ਵਾ ਕਰ, ਤੂੰ ਸ਼ੂਗਰ ਸੱਕ ਕਰ ਲਾ ਲੋਕਾਂ ਦੀ ਸਤਾ, ਅੰਦਰੋਂ ਜਾ ਕੇ ਸ਼ੂਗਰ ਪੀ ਜਾ। ਮੈਂ ਬੜੇ ਬੜੇ ਮਰੀਜ਼ਾਂ ਨੂੰ ਚਿਮੜ ਕੇ ਦੇਖਿਆ, ਮਰੀਜ਼ਾਂ ਦੀ ਬਿਮਾਰੀ ਪਹਿਲਾਂ ਆਈ, ਅੰਨੇ ਨੂੰ ਚਿਮੜ ਗਏ, ਅੰਨੇ ਨੂੰ ਮਾੜਾ ਮਾੜਾ ਨਜ਼ਰ ਆਉਂਦੀ ਮੋਤੀਆ ਟੈਪ ਸੀ, ਉਹ ਰਾਤ ਨੂੰ ਉੱਠਿਆ ਸਿਗਟਾਂ ਲੈਣ, ਖੰਭੇ 'ਚ ਵੱਜਾ, ਮੇਰੇ ਸੱਟ ਲੱਗ ਗਈ, ਫਿਰ ਅੰਦਰੋਂ ਟੋਇਆ ਜਿਹਾ ਬਣ ਗਿਆ। ਇੱਕ ਦਿਨ ਸਾਜੀ ਉੱਡਣ ਦਿਆ ਤਾਂ ਜ਼ਖਮੀ ਹੋ ਗਿਆ, ਕਿਉਂ ਉਹ ਇੱਕ ਬਰਾਤ ਦੇ ਉੱਤੋਂ ਦੀ ਲੰਘੇ, ਉਹਨਾਂ ਨੇ ਪੈਰ ਰੰਗੀ ਪੈਰ ਲੱਗੇ। ਅੱਛਾ ਤੂੰ ਉੱਡ ਲੈਣਾ ਵਾ ਭਾਜੀ, ਮੈਂ ਹੁਣ ਤੁਹਾਨੂੰ ਕਿੱਦਾਂ ਸਮਝਾਵਾਂ, ਮੇਰਾ ਕਨੈਕਸ਼ਨ ਕੱਟਿਆ ਵਾ, ਉੱਡ ਵੀ ਨਹੀਂ ਸਕਦਾ ਮੈਂ ਯਾਰ, ਇਹਨੂੰ ਫਿਰ ਕਨੈਕਸ਼ਨ ਨੂੰ ਅਗਲੀ ਵਾਰੀ ਸਹੀ ਕਰਾ ਕੇ ਆਈ ਸਾਡੇ ਕੋਲ, ਚਿਪ ਨੂੰ ਆ ਕੇ ਜੋੜੇ ਲਵਾ ਦਿੰਦਾ ਮੈਂ, ਮੈਨੂੰ ਮੈਨੇ ਐਗਰੀਮੈਂਟ ਕਰਕੇ ਤੂੰ ਮੇਰੇ ਮਤਹਿਤ ਹੋਏਗਾ, ਜੋ ਮੈਂ ਕਵਾਂਗਾ ਉਹ ਕਰਾਂਗਾ, ਮੇਰੇ ਕਾਬੂ ਆ ਜਾ, ਸਾਡੇ ਚਾਹੇ ਚਾਰ ਦਿਨ ਹੀ ਆਫੀਸ਼ੀਅਲ ਚ ਆ ਜਾ, ਠੀਕ ਆ, ਲੇਕਿਨ ਐਗਰੀਮੈਂਟ ਕਰ ਲਾ ਇਹਦੇ ਨਾਲ ਹੀ ਸਾਈਨ ਕਰ ਦਿੰਗੇ, ਮੈਂ ਇੱਥੇ ਤੁਹਾਡੇ ਇੱਥੇ ਕੰਮ ਕਰੂੰਗਾ। ਹਾਂ ਸਾਡੇ ਨਾਲ ਇੱਥੇ ਐਗਰੀਮੈਂਟ ਕਰ ਲਾ, ਸਾਰੇ ਸਾਰੇ ਜਿੰਨਾਂ ਦੇ ਜਿਹੜੇ ਗੈਪੀ ਕੰਮ ਤੂੰ ਕਰਨੇ। ਮੈਂ ਪਿਛਲੇ ਹਫ਼ਤੇ ਤੁਹਾਡੇ ਸ਼ੋਅ 'ਚ ਆਇਆ ਸੀ, ਤੁਸੀਂ ਅੰਦਰ ਵੜ ਗਏ ਸੀ, ਮੈਂ ਘੰਟਾ ਤੁਹਾਡੇ ਬੰਦਿਆਂ ਕੋਲ ਬੈਠਾ, ਉਹਨੂੰ ਸਾਰਾ ਦੱਸਿਆ ਵੀ ਜਿਹੜਾ ਨਵਾਂ ਬੰਦਾ ਤੁਸੀਂ ਸਫਾਈਆਂ ਕਰਾਉਂਦੇ, ਵਾਸ਼ਰੂਮ ਧੋਣੇ, ਤੇ ਸਾਰੇ ਜਿੰਨੇ ਕਰੂੰਗਾ ਹੁਣ, ਤੇ ਤੂੰ ਕਿਹੜਾ ਆਪ ਧੋਣਾ, ਤੂੰ ਤੈਨੂੰ ਜਦੋਂ ਮੈਂ ਉਹ ਜੀ ਚਿਪ ਚ ਲਵਾ ਦੇਣੀ, ਉਸ ਤੋਂ ਬਾਅਦ ਤੂੰ ਹੋ ਜਾ ਸਿਮ ਸਿਮ ਕਹਿ ਕੇ ਕਰ ਦੇਣਾ। ਉਹ ਭਰਾਵਾ ਚਿਪ ਹੋਣੀ ਗੈਪ ਹੋਣ ਵਾਲੀ,
ਉਹ ਜਾਦੂ ਵਾਲਾ ਲੈਦਾ 3 ਲੱਖ ਰੁਪਏ ਲੱਗਣਾ ਵਾ। ਚਲੋ ਅੱਛਾ ਹਾਂ ਅੱਛਾ, ਯਾਨੀ ਇਕੱਲੇ ਇਕੱਲੇ ਸ਼ਾਇਦ ਆ, ਮੈਂ ਤੈਨੂੰ 2-3 ਲੱਖ ਰੁਪਏ ਲਵਾ ਕੇ 1.25 ਕਰੋੜ ਰੁਪਏ ਦੇ ਵਿੱਚ ਜੇਨ ਤਿਆਰ ਕਰਾਵਾਂ ਤੇ ਤੂੰ ਉੱਡ ਜਾਵੇ ਕੇ। ਬਸ ਸਾਰਾ ਉੱਤੋਂ ਦੀ ਦੇਖਣਾ ਵੀ ਕੀ ਹਿਸਾਬ ਕਿਤਾਬ ਆ। ਅਸੀਂ ਕਿਸ ਟਾਈਮ ਤੇ ਸ਼ੋਅ ਕਰੀ ਦਾ, ਸਾਡੇ ਕੋਲ ਡਰੋਨ ਕੈਮਰਾ ਨੀ ਗਾ, ਅਸੀਂ ਤੈਨੂੰ ਮੋਬਾਈਲ ਫੜਾਇਆ ਕਰਾਂਗੇ, ਤੂੰ ਉੱਡ ਕੇ ਉੱਤੋਂ ਡਰੋਨ ਟੈਪ ਸ਼ਾਟ ਬਣਾਇਆ ਕਰਾਂਗੇ, ਧੁੱਪੇ ਮੇਰਾ ਰੰਗ ਕਾਲਾ ਹੋ ਜਾਵੇ। ਸਾਜ ਜੀ ਇੱਕ ਦਿਨ ਸੁਬਾ ਹੀ ਸੁਬਾ ਆਪਣੇ ਜਿਸਮ ਤੇ ਐਲਫੀ ਛਿੜਕਣ ਦਿਆ, ਮੈਂ ਕਿਹਾ ਇਹ ਕੀ ਕਹਿੰਦਾ ਕਿ ਸਾਨੂੰ ਚਿੰਬੜਨਾ ਹੀ ਪੈ ਸਕਦਾ, ਇਹ ਕਿਹੜਾ ਕੰਮ ਹੋਣਾ ਦੱਸੋ। ਅਗਰ ਮੈਂ ਤੁਹਾਡੇ ਕੋਲ 1-1.5 ਮਹੀਨਾ ਕੰਮ ਕਰਾਂ, ਸਫਾਈਆਂ ਸਫੂਈਆਂ ਕਰਾਂ, ਟੀ ਟਾਈਮ ਬਹਿਣਾ। ਨਹੀਂ ਯਾਰ, ਤੂੰ ਟੀ ਟਾਈਮ ਚ ਸਾਡੇ ਚ ਬਹਿਣਾ ਵਾ ਹਫਤੇ ਚ ਇੱਕ ਦਿਨ, ਬਾਕੀ 6 ਦਿਨ ਅਸੀਂ ਹੋਰ ਕਰੈਕਟਰ ਕਿਰਦਾਰ ਨੇ ਉਹਨਾਂ ਨੇ ਆਇਆ ਕਰਨਾ, ਠੀਕ ਹੈ ਨਾ। ਅਸੀਂ ਤੁਹਾਡੇ ਕੋਲ 2 ਮਹੀਨੇ ਲਾਉਣਾ, ਮੈਂ ਤੈਨੂੰ ਦੱਸਦਾ ਅਸੀਂ ਹੁਣ ਸੋਚ ਲਿਆ ਵਾ, ਅਸੀਂ ਜਿਹੜੇ 7 ਦਿਨ ਨੇ ਨਾ, 7 ਦਿਨਾਂ ਚ 1 ਦਿਨ ਤੂੰ ਆਇਆ ਕਰਨਾ, 1 ਦਿਨ ਸਾਡੇ ਖਵਾਜਾ ਸਰਾ ਨੇ ਉਹਨਾਂ ਨੇ ਆਇਆ ਕਰਨਾ, 1 ਦਿਨ ਸਾਡੇ ਸਾਇੰਸਦਾਨ ਨੇ ਉਹਨਾਂ ਨੇ ਆਇਆ ਕਰਨਾ, ਏਦਾਂ ਕਰਕੇ ਨਾ ਅਸੀਂ 7 ਦਿਨ ਬਾਉਂਡ ਕਰ ਲੈਣੇ। ਯਾਨੀ ਅਗਰ ਤੂੰ ਹਫਤੇ ਨੂੰ ਆਉਣਾ ਤੇ ਤੂੰ ਹਫਤੇ ਨੂੰ ਹੀ ਆਇਆ ਕਰਨਾ, ਲੋਕਾਂ ਨੂੰ ਪਤਾ ਹੈਗਾ ਅੱਜ ਜਿੰਨ ਦੀ ਵਾਰੀ ਹੈ। ਲੇਕਿਨ ਉਸਤਾਦ ਜੀ ਇੱਕ ਬੜੀ ਅਹਿਮ ਗੱਲ ਦੱਸਾਂ, ਜਿੰਨ ਨੂੰ ਤੁਸੀਂ ਇੱਥੇ ਆਪਣੇ ਕੋਲ ਬਿਠਾਇਆ ਤੇ ਕਾਪੀਆਂ ਜਿੰਨ ਦੀਆਂ ਹੋਣ ਲੱਗ ਪਈਆਂ। ਆਹੋ ਭਾਜੀ, ਮੈਂ ਦੇਖਿਆ ਸੱਚ, ਕੀ ਹੋਇਆ ਉਹ ਮੇਰੀਆਂ ਕਾਪੀਆਂ ਸ਼ੁਰੂ ਕਰ ਦਈਆਂ, ਮੈਂ ਤੁਹਾਡੇ ਕੋਲ 2 ਸ਼ੋਅ ਕੀਤੇ ਆ, ਲੋਕੀ ਮੇਰੀਆਂ ਕਾਪੀਆਂ ਕਰਨ, ਕੋਈ ਗੱਲ ਨਹੀਂ ਵਿਚਾਰੇ ਉਹ ਵੀ ਜਦੋਂ ਨਹੀਂ ਯਾਰ ਸਾਡਾ ਇੱਥੋਂ ਸਾਡਾ ਜਾਣਾ ਚਾਹੀਦਾ ਫੈਜ਼ ਨਿਜ਼ਾਮ, ਦੁਆਵਾਂ ਸਾਰੀਆਂ ਇੱਧਰ ਨੂੰ ਹੀ ਆ, ਠੀਕ ਹੈ ਜੀ, ਉਹ ਜਾਣ ਦੇ, ਕੋਈ ਗੱਲ ਨਹੀਂ। ਉਹ ਕੰਟੈਂਟ ਇਹ ਬੜੀ ਕੰਟੈਂਟ ਜਿਹੜਾ ਹੁੰਦਾ ਨਾ, ਪਹਿਲੇ 2-4 ਮਹੀਨੇ 5 ਮਹੀਨੇ ਪਤਾ ਬੜਾ ਸੋਹਣਾ ਕਰ ਲੈਂਦਾ, ਅੱਗੇ ਵੀ ਮੁੱਕਾ ਸੀ, ਠੀਕ ਹੈ, ਸ਼ੁਰੂ ਤੋਂ ਵੀ ਅੱਗੇ ਮੁੱਕਾ ਸੀ, ਤੇ ਫਿਰ ਇੱਕ ਹੋਰ ਕਰੈਕਟਰ ਨਾਲ ਜੁੜ ਕੇ ਤੇ ਉਹਨੇ ਜਰਾ 6 ਮਹੀਨੇ ਸਾਲ ਕਢਾ ਦਿੱਤਾ, ਹੁਣ ਫੇਰ ਮੁੱਕ ਗਿਆ। ਸਾਡੇ ਤੇ ਤੇ ਉਹਦੀ ਰਹਿਮਤ ਹੀ ਐਸੀ, ਇਹਨਾਂ ਦੀ ਮੁਹੱਬਤ ਦਾ ਜਿਹੜਾ ਕਮਾਲ ਆ ਤੈਨੂੰ ਪਤਾ ਹੀ ਨਹੀਂ। ਸਾਡੇ ਤੇ ਆਈਡੀਏ, ਮੈਂ ਤੇ ਡਰਦਾ ਵਾ, ਮੈਂ ਆਈਡੀਆਂ ਚ ਮੈਂ ਜਿੰਨ ਆ, ਯਕੀਨ ਕਰ, ਤੇ ਉਹ ਟੈਨਸ਼ਨ ਨੀ ਲੈਣੀ ਤੂੰ, ਕਾਪੀਆਂ ਵੱਡਿਆਂ ਬੰਦਿਆਂ ਦੀਆਂ ਹੁੰਦੀਆਂ। ਜਿੰਨ ਬਾਦਸ਼ਾਹ ਤੂੰ ਕੋਈ ਐਸਾ ਕੰਮ ਕਰ, ਮੈਂ ਰੇਹੜੀ ਲਾਵਾਂ ਫਰੂਟ ਦੀ, ਇੰਝ ਵਿਕੇ ਮੇਰੀ ਇੰਝ ਰੇਹੜੀ ਖਾਲੀ ਹੋਈ ਪਈ ਵੀ ਮੈਂ ਦੁਆਣਾ ਹੀ 1200 ਰੁਪਏ ਕਿਲੋ ਵੇਚਾਂ ਤੇ ਲੋਕੀ ਲੈ ਜਾਣ ਜਿਹੜਾ ਉੱਥੋਂ ਦੀ ਮੋਟਰਸਾਈਕਲ ਲੈ ਕੇ ਲੰਘੇ। ਇਹਦਾ ਕੰਮ ਆ ਸਿਰਫ 6-6 ਪੈਂਚਰ ਜਾਦੂ ਦੇ ਨਾਲ ਕਰ ਦੇਵੇ, ਮੇਰੇ ਕੋਲ ਆਵੇ 2-5 ਚੇਂਜ ਕਰਾਵੇ, ਪੈਂਚਰ ਲਵਾਵੇ, ਮੇਰੀ ਦਿਹਾੜੀ ਲੱਗੀ। ਮਤਲਬ ਕਿ ਇਹ ਹੁਣ ਤੇਰੀ ਦੁਕਾਨ ਤੋਂ ਪਰਲੇ ਚੌਂਕ ਚ ਲੋਕ ਕੇ ਖਲੋਤਾ ਹੋਵੇ, ਸੂਆ ਚ ਫੜ। ਹਾਂਜੀ ਭਾਜੀ, ਆ ਦੇਖੋ ਜੀ ਹੁਣ ਸਾਰੇ ਕੰਮ ਹੈ ਨਾ ਹਰਾਮ ਵਾਲੇ, ਮੈਂ ਲੋਕਾਂ ਨੇ ਨਜਾਇਜ਼ ਕਰਾਂ, ਲੋਕਾਂ ਦੇ ਟੂਬ ਨੂੰ ਕਿੱਲ ਫਿਰਦੇ ਇੰਝ ਕਰਕੇ ਹੈ, ਸਾਰਾ ਹਾਰਜਾ ਬਣ ਜਾਵੇ, ਆ ਕੇ ਇਹਨੂੰ ਪੈਂਚਰ ਲਵਾ ਲਿਆ ਕਰੇ, ਤੇ ਮੈਨੂੰ ਕੀ ਦੋਗੇ ਵਿੱਚੋਂ? ਮੈਂ 100,000 ਦਾ ਤੇਲ ਪਾ ਦੇਵੇ, ਕੋਈ ਕੁਛ ਤਾਂ ਜਾਦੂ ਕਰੇ। ਐਸਾ ਕੰਮ ਤੇ ਤੈਨੂੰ ਮੈਂ ਦੱਸ ਦਿੰਦਾ,
ਇਹਦੇ ਚ ਜਿੰਨ ਦੀ ਖਿਦਮਤ ਕਿਉਂ ਹਾਸਲ ਕਰ ਰਿਹਾ? ਇਹ ਤਰੀਕਾ ਤੇ ਤੈਨੂੰ ਮੈਂ ਦੱਸ ਦਿੰਦਾ, ਤੂੰ ਸੌ ਵੀ ਨੀ ਦੇਣਾ। ਹਾਂ, ਹੋ ਸਕਦਾ ਇਹ ਪੰਪ ਵਾਲੇ ਨੂੰ ਵੀ ਪਤਾ ਹੀ ਹੋਵੇ। ਹਾਂਜੀ, ਮੈਂ ਤੈਨੂੰ ਇਸ ਤੋਂ ਕੋਈ ਹੱਲ ਇਸ ਦੱਸਣ ਡਿਆ, ਤੂੰ ਗੰਦਾ ਹੋ ਜਾਣਾ। ਆਡੀਅੰਸ ਹੋਵੇ, ਮੈਂ ਸਿਰਫ ਜਾ ਕੇ ਕਵਾਂ ਤੇ ਉਹ ਬਾਹਰ ਪੁੱਟਣ ਲੱਗ ਜਾਣ ਦੁਨੀਆ ਇੰਜ ਚੀਕਾਂ। ਮਾਈਕਲ ਜੈਕਸਨ ਟਾਈਪ। ਹਾਂਜੀ, ਮੈਨੂੰ 20-25 ਬੰਦੇ ਵਾਲਾ ਕੰਮ ਕਹਿ, ਇੰਨੇ ਬੰਦੇ ਵਾਲਾ ਕੰਮ ਕੋਈ ਨੀ, ਕਿੱਥੋਂ ਇਹਨੇ ਬੰਦੇ ਇਕੱਠੇ ਕਰਕੇ ਲਿਆਵਾ ਨਾਲੇ, ਇੰਨੇ ਲੋਕਾਂ ਨੂੰ ਸ਼ਕੀਤ ਦੇਣਾ ਬਹੁਤ ਔਖਾ ਵਾ, ਤੂੰ ਮਾੜਾ ਢਾੜੀ ਹੈ ਪੁੱਤ। ਮਾਈਕਲ ਜੈਕਸਨ ਟਾਈਪ, ਮਾਈਕਲ ਜੈਕਸਨ ਦੇ ਈਵੈਂਟਸ ਦੇ ਉੱਪਰ ਜੈਨੂਇਨ ਇੰਨੇ ਫੈਨ ਸੀ ਉਹਦੇ, ਜਨੂਨੀ। ਉਹ ਆਪਣੇ ਕੁੜੀਆਂ ਬੰਦੇ ਵਾਲ ਪੁੱਟ ਲੈਂਦੇ ਸੀ ਔਰ ਬੇਹੋਸ਼ ਹੋ ਜਾਂਦੇ ਸੀ ਨਾਖਰ ਮਾਰ, ਔਰ ਸਟੇਚਰ ਤੇ ਪਾ ਪਾ ਕੇ ਬਾਹਰ ਲੈ ਕੇ ਜਾਂਦੇ ਸੀ ਉਹਨਾਂ ਨੂੰ। ਇਹ ਕਹਿੰਦਾ ਇੰਜ ਦਾ ਕੋਈ ਸਿਲਸਿਲਾ? ਭਾਈ ਮੇਰੀ ਆਂਟੀ ਸਕੀ, ਉਹਨਾਂ ਦੀ ਬੜੀ ਫੈਨ ਰਹੀ ਹੈ। ਕਾਬਲ ਹੈ ਇਹਨੂੰ, ਮੈਂ ਹਿਸਾਬ ਲਾਇਆ ਸਾਹ ਜੀ, ਇਹਨੂੰ ਆਪ ਨੀ ਆਪਣਾ ਪਤਾ ਨਹੀਂ ਸਾਜੀ, ਇਹਨੂੰ ਫਿਰ ਇੱਥੇ ਇਹਨੂੰ ਮੈਂ ਕਹਿੰਦਾ ਇਹਨੂੰ ਕਾਬੂ ਕਰਦੇ ਆ, ਇਹਨੂੰ ਹਲਕੇ ਫੁਲਕੇ ਪੈਸੇ ਰੱਖਦੇ, ਇਹਨੂੰ ਇਹਨੂੰ ਇਹਦਾ ਫਿਰ ਚੈਨਲ ਵੀ ਬਣਾ ਦਿਆਂਗੇ। ਉਹ ਤਾਂ ਪਹਿਲਾਂ ਨਹੀਂ, ਉਹ ਨਹੀਂ ਬਣਾ ਕੇ ਦੇਣਾ, ਚੈਨਲ ਮੈਂ ਨਹੀਂ ਹੁਣ ਕਿਸੇ ਦਾ ਬਣਾ ਕੇ ਦਿਆ ਸਾਜੀ। ਬਸ ਫਿਰ ਕਿਹੜਾ ਹੋ, ਸਿਰਫ ਦੋ ਤੋਂ ਤਿੰਨ ਮੈਂ ਜੈਨੂਇਨ ਭਾਈ ਸਦਾਕਤ ਦਾ ਮੈਂ ਚੈਨਲ ਬਣਾ ਕੇ ਦੇਣਾ। ਉਹ ਉਹ ਕੀ ਉਹਨੂੰ ਕਹਿੰਦੇ ਡਿਜ਼ਰਵਿੰਗ ਕਰਦੇ ਨੇ, 25 ਸਾਲ ਉਹਨਾਂ ਨੇ ਮਿਊਜ਼ਿਕ ਨੂੰ ਦਿੱਤੇ, ਉਹਨਾਂ ਨੂੰ ਮੈਂ ਚੈਨਲ ਬਣਾ ਕੇ ਦੇਣਾ। ਇੱਕ ਮੈਂ ਹੋਰ ਬੰਦੇ ਨੂੰ ਬਹੁਤ ਸਾਲਾਂ ਦਾ ਕਹਿ ਰਿਹਾ, ਮੈਨੂੰ ਬਣਾ ਕੇ ਦੇਣਾ, ਬਸ ਉਹ ਪਹਿਲੀ ਬੁਕਿੰਗ ਆ, ਅੱਗੋਂ ਨਿਊ ਮਾਫੀ। ਮੇਰਾ ਚੈਨਲ ਨਹੀਂ ਬਣਾਉਣਾ, ਤੇਰਾ ਇਹੀ ਚੈਨਲ ਆ, ਇੱਥੇ ਜਿਹੜਾ ਨਾ ਉਹ ਕਬਰ ਹਾਰ ਚ ਜਾਣਾ ਤੂੰ, ਬਸ ਥੋੜਾ ਜਿਹਾ ਸਬਰ ਹਾਰ ਕਰ, ਉਸ ਤੋਂ ਵੀ ਵੱਡਾ। ਭਾਜੀ ਵਾਸ਼ਰੂਮ ਮੈਂ ਨੀ ਧੋਣੇ, ਸਫਾਈ ਮੈਂ ਨੀ ਕਰੀ, ਪਾਰਕ ਨੂੰ ਪਾਣੀ ਮੈਂ ਲਾਉਣਾ, ਗੱਡੀ ਤੁਹਾਡੀ ਮੈਂ ਨੀ ਧੋਣੀ, ਹੈ ਇਹ ਨੀ ਕਹਿੰਦਾ ਯਾਰ ਪ੍ਰੋਪ ਸੈੱਟ ਕਰਦੇ ਹੋ, ਸਾਰਾ ਦੱਸਿਆ ਬੰਦੇ ਨੇ, ਸਾਰੇ ਜਿਸਮ ਤੇ ਡਬਲ ਟੇਪ ਲਾ ਕੇ ਫਿਰ ਰਿਹਾ, ਮੈਂ ਕਿਹਾ ਇਹ ਕੀ ਕਹਿੰਦਾ, ਕਿਸੇ ਨੂੰ ਪਿੱਛੋਂ ਕੁੱਟ ਕੇ ਚਿੰਮਣ ਨਾ ਪੈ ਸਕਦਾ, ਇਹ ਕਿਹੜਾ ਜਿਨਵਾਂ ਯਾਰ। ਅੱਛਾ ਯਾਰ, ਤੇਰੇ ਕੋਲ ਕੋਈ ਸਵਾਦ ਦਾ ਕੰਮ ਹੈਗਾ ਤੇ ਉਹ ਫਿਰ ਟਾਈਮ ਬੁੱਕਣ ਵਾਲਾ ਕਰਾਉਣਾ ਤੇ ਕਰਾ ਲਾ। ਉਸਤਾਦ ਜੀ ਮੈਨੂੰ, ਮੈਂ ਇਹਦੀ ਵੀ ਦਿਹਾੜੀ ਲਵਾਉਂਗਾ, ਮੇਰਾ ਕੰਮ ਕਰ ਦੇਵੇ ਇੱਕ ਛੋਟਾ ਜਿਹਾ, ਵਿੱਚੋਂ ਇਹਨੂੰ ਵੀ ਪੈਸੇ ਮਿਲਣ, ਆਪਣੇ ਪਿੱਛੇ ਬੱਚਿਆਂ ਨੂੰ ਵੀ ਭੇਜ, ਮੇਰੇ ਨਾਲ ਰੇਲ ਬਾਜ਼ਾਰ ਗੁੰਟੀ ਚੱਲੇ, ਉੱਥੇ ਇੱਕ ਸੁਨਿਆਰੇ ਦੀ ਦੁਕਾਨ ਆ, ਮੈਂ ਅੰਦਰ ਜਾਵਾਂ, ਉਹਨਾਂ ਨੂੰ ਨਜ਼ਰ ਨਾ ਆਵਾਂ, ਉਹ ਮੈਂ ਲੁੱਟ ਲੁੱਟ ਕੇ ਵਾਪਸ ਹੋ ਕੇ ਸਾਰਾ ਹੀ ਸੋਨਾ ਬੈਗ ਦੇ ਵਿੱਚ ਪਾ। ਅੱਛਾ, ਇਹ ਕੰਮ ਤੇਰੇ ਕੋਲੋਂ ਕਰਵਾ ਕੇ ਗੈਪ ਤੈਨੂੰ ਕਰਕੇ ਸੋਨਾ ਤੂੰ ਲੈ ਜਾਵੇ, ਉਹਦੇ ਚੋਂ ਜੋ ਹਿੱਸਾ ਲਵੇ, ਹਾਂਜੀ, ਤੇ ਉਹ ਆਪ ਹੀ ਨਾ ਜਾ ਕੇ ਸਾਰਾ ਲੈ। ਸਾਰੇ ਹੱਥ ਖਾਲੀ ਆ, ਲੇਕਿਨ ਕੰਮ ਉਹ ਦੱਸ ਜਿਹੜਾ ਅੱਧਾ ਇਨਸਾਨਾਂ ਦਾ ਹੋਵੇ, ਅੱਧਾ ਜਿੰਨਾਂ ਦਾ ਹੋਵੇ, ਮਿਲ ਕੇ ਕਰਨ ਵਾਲਾ ਹੋਵੇ, ਇਹ ਤਾਂ ਸਾਰਾ ਜਿੰਨਾਂ ਵਾਲਾ ਕੰਮ ਜੇ ਗੈਪ ਹੋ ਗਏ,
ਯਾਰ ਇੱਕ ਗੱਲ ਦੱਸ ਨਾਗਰੀ ਨੇ ਯਾਰ, ਇਹ ਜੇ ਜਿੰਨ ਗੈਪ ਹੋ ਕੇ ਸਾਰਾ ਕੁਛ ਕਰ ਦਿੰਦੇ ਆ ਤੇ ਇਹ ਜਿਹੜੇ ਵੱਡੇ ਪਾਕਿਸਤਾਨ 'ਚ ਆਲਮ ਬੈਠੇ ਨੇ ਉਹਨਾਂ ਦੇ ਕੋਲ ਬੜੇ ਬੜੇ ਜਿੰਨ ਨੇ ਕਹਿੰਦੇ ਜੀ ਸਾਡੇ ਇੱਕ ਮਤਹਿਤ ਨੇ, ਉਹ ਕਿਉਂ ਨਹੀਂ ਕਰਾਉਂਦੇ ਇਹ ਕੰਮ ਵੈਸੇ? ਉਹ ਭਾਜੀ ਕੋਈ ਜਿੰਨ ਜੁੰਨ ਨਹੀਂ ਹੈਗੇ, ਇਹ ਸਭ ਦੋ ਨੰਬਰੀ ਹੋਣ ਡਈ ਆ, ਸਭ ਫਕਨੋਟੇ ਕੰਮ ਹੋਣ ਡਏ ਆ, ਸਾਡੇ ਜਿੰਨ ਤਾਂ ਘਰੋਂ ਹੀ ਨਿਕਲ ਰਹੇ ਉੱਥੋਂ, ਇੱਥੋਂ ਜਿੰਨੇ ਕੋਲ ਕਿੱਥੋਂ ਆ ਗਏ? ਨਹੀਂ ਮੈਂ ਗੱਲ ਕਰ ਰਿਹਾ, ਸਹੀ ਇੱਕ ਮਿਸਾਲ ਲਾਜ਼ਮੀ ਨਹੀਂ ਵੀ ਹਰ ਜਿੰਨਾਂ ਦਾ ਕੰਮ ਕਰਨ ਵਾਲਾ ਬਾਬਾ ਚੰਗਾ ਅੱਛਾ ਹਾਲਾਤ ਖਾਣ, ਕਈ ਵਿੱਚ ਮਾੜੇ ਵੀ ਇਸ ਕੰਮ 'ਚ ਪੈ ਜਾਂਦੇ ਨੇ ਸ਼ੈਤਾਨੀ ਦਿਮਾਗ ਦੇ ਨਾਲ, ਉਹ ਜਿੰਨ ਨੂੰ ਭੇਜਣ ਵੀ ਜਾ ਵੀ ਫਲਾਂ ਜਿਊਲਰ 'ਤੇ ਜਾ ਕੇ ਚੁੱਕ ਲਿਆ ਸਾਰਾ ਕੁਛ, ਇੱਦਾਂ ਕਿਉਂ ਨਹੀਂ ਹੁੰਦਾ ਫਿਰ? ਭਾਜੀ ਜਿਹਨੇ ਜਿਹੜਾ ਦੋ ਨੰਬਰੀ ਕਰੇਗਾ ਉਹਦੀਆਂ ਸ਼ਕਤੀਆਂ, ਮੈਂ ਦੋ ਨੰਬਰੀ ਕੀਤੀ ਸੀ ਨਾ, ਮੇਰੀਆਂ ਸ਼ਕਤੀਆਂ ਸਾਰੀਆਂ ਖੋਈਆਂ ਗਈਆਂ, ਵਾਧੋ ਲੱਗ ਗਈ ਮੈਨੂੰ, ਮੈਂ ਵਾਧੋ ਆਇਆ ਗਿਆ, ਓਏ ਹੋਏ ਹੋ ਵਾਧੋ ਆਇਆ ਗਿਆ, ਕੋਹ ਕਾਫ 'ਚ ਇੱਕ ਬੰਦੇ ਇੱਕ ਜਿੰਨ ਦੀ ਜੇਬ ਕੱਟੀ ਸੀ ਉੱਥੋਂ, ਇਹਨੂੰ ਇੰਨੇ ਕੁ ਚੀਜ਼ ਦੇ ਨਾਲ ਨਹੀਂ ਹੁੰਦਾ ਭਾਜੀ, ਸਾਡੇ ਤੋਂ ਤੁਸੀਂ ਵੱਡੀ ਕੋ ਡਕੈਤੀ ਕਰਨੀ ਆ, ਤੁਹਾਨੂੰ ਸਾਡੇ ਬਜ਼ੁਰਗਾਂ ਲਈ ਨਾ ਵਾਧੋ ਲੱਗ ਜਾਂਦੀ ਆ, ਜਿਹੜੇ ਦਾਤ ਕੇ ਦਾਤ ਉਹ ਸ਼ਕਤੀਆਂ ਖੋ ਲੈਂਦੇ ਸਾਰੀਆਂ ਕੋਈ, ਓਏ ਹੋਏ ਤੇ ਫਿਰ ਹੁਣ ਉਹਦਾ ਕੀ ਹੱਲ ਆ? ਮੈਂ ਰੱਦਿਆ ਗਿਆ, ਮੈਂ 20 ਸਾਲ ਇੱਥੇ ਪਾਕਿਸਤਾਨ 'ਚ ਰਹੂੰਗਾ, 2 ਸਾਲ ਮੈਂ ਬੰਗਲਾਦੇਸ਼ 'ਚ ਰਿਹਾ ਭਾਜੀ, ਬੰਗਲਾਦੇਸ਼ ਵੀ ਰਿਹਾ, ਏਡੇ ਮਾੜੇ ਲੋਕ, ਏਡੀ ਸਮੈਲ, ਏਡਾ ਚਮੜਿਆ ਕਿਸੇ ਨੂੰ, ਮੈਂ ਕਹਿੰਦਾ ਬਹੁਤ ਭਾਈ ਬਹੁਤ ਆਉਂਦਾ ਉਹਨਾਂ ਲੋਕਾਂ 'ਚੋਂ, ਭੁਮੱਕਾ ਬਹੁਤ ਮਾੜਾ ਆਉਂਦਾ, ਮੈਂ ਅੰਦਰ ਹੀ ਭਾਜੀ ਸੁੱਤਾ ਰਹਿੰਦਾ ਸੀ ਅੱਖ 'ਚ ਗੋਲੀ, ਤੇ ਉਹ ਖਾਂਦੇ ਪੀਂਦੇ ਉਹਨਾਂ ਦੀ ਖੁਰਾਕ ਛੀ ਖਾਈ ਜਾਂਦੇ, ਚੌਲ ਖਾਈ ਜਾਂਦੇ, ਮੇਰਾ ਢਿੱਡ ਇੱਥੇ ਆ ਗਿਆ ਯਕੀਨ ਬੰਦ, ਉਹ ਬੰਦੇ ਦਾ ਨਾਲ ਲੱਗਾ ਸੀ ਮੇਰਾ ਬਾਹਰ ਆ ਗਿਆ, ਉਹ ਰਾਤ ਨੂੰ ਰੋਟੀ ਖਾ ਕੇ ਮੇਰੇ ਢਿੱਡ ਦੇ ਹੱਥ ਕਰੀ ਜਾਂਦੇ ਹਾਂ ਕਰਕੇ ਮੈਨੂੰ ਸਮਝ ਨਹੀਂ ਆਉਂਦੀ ਕੀ ਕਹਿਣਾ, ਸਿਗਰਟ ਪੀ ਗਿਆ ਮੇਰਾ ਗਲਾ ਖਰਾਬ ਹੋ ਗਿਆ ਭਾਈ, ਸਿਗਰਟ ਪੀ ਪੀ ਕੇ ਉਹ ਡਾਕਟਰ ਕੋ ਗਿਆ, ਉਹਨੇ ਕਿਹਾ ਜੀ ਲੇਟੋ ਮੈਨੇ ਆਪਕਾ ਮੇਦਾ ਚੈੱਕ ਕਰਨਾ, ਉਹਨੇ ਅੱਜ ਕੀਤਾ ਕਹਿੰਦਾ ਭਾਜੀ ਮੇਰਾ ਨਹੀਂ ਜਿੰਨ ਵਾਲਾ, ਚਿਕਨ ਜਿਹੜਾ ਨਾ ਬ੍ਰੈਲਰ ਤੈਨੂੰ ਮੈਂ ਕਿਲੋ ਸਵੇਰੇ ਕਿਲੋ ਦੁਪਹਿਰ ਕਿਲੋ ਰਾਤ ਨੂੰ, ਭਾਜੀ ਸਵੇਰੇ 2 ਮੱਝਾਂ, ਦੁਪਹਿਰ 2 ਖੋਤੇ, ਰਾਤ 2 ਜ਼ਰਾਫੇ, ਇਹ ਤੁਹਾਡੇ ਵਾਸਤੇ ਬਸ ਇਹ ਖਾਣੇ, ਮੈਂ ਜ਼ਰਾਫੇ ਕਿੱਥੋਂ ਲੈਂਦਾ, ਰੋਜ਼ ਦੇ 2 ਨੇ, ਮਹਿੰਗਾ ਖਰਾਬ ਘੱਟ ਕਰ, ਊਂਟ ਕਰ ਲਓ ਚਲੋ, ਨਹੀਂ ਨਹੀਂ ਗੱਲ ਇਹ ਹੈ, ਮੇਰੀ ਗੱਲ ਸੁਣ, ਤੂੰ ਇੱਦਾਂ ਕਰ ਨਾ ਤੇਰੇ ਜ਼ਰਾਫੇ ਨਾ ਸਾਡੇ ਬ੍ਰੈਲਰ, ਲਾਲ ਭੱਬੂ ਸੋਹਣੇ ਤੈਨੂੰ ਮੈਂ ਕਿਲੋ ਕਿਤੋਂ ਮੰਗਵਾ ਦਿਆ ਕਰਾਂ, ਠੀਕ ਹੈ, ਜੁਮੇ ਤੇ ਜੁਮੇ ਚੂਹੇ ਭੁੰਨਵੇਂ, ਹਾਂ ਭੁੰਨਵੇਂ ਚੂਹੇ, ਠੀਕ ਹੈ, ਡੰਗ ਆਪਣੀ ਮਖਾ ਆਸਟ੍ਰੇਲੀਆ ਚੂਹਾ ਚਿਟਾ ਉਹ ਖਾਈਦਾ ਭਾਜੀ, ਉਹ ਫਿਰ ਮਹੀਨੇ 'ਚ ਇੱਕ ਵਾਰੀ ਗੱਲ ਹੈ ਕਰੋ, ਲੱਭਦੇ ਨਹੀਂ ਉੱਤੋਂ ਕਾਲਾ ਨਮਕ ਪਾ ਕੇ ਨਿੰਬੂ ਨੂੰ ਹਰ ਸ਼ੈ ਬਿੱਛੂਆਂ ਦਾ ਸਲਾਦ ਪੂਰਾ ਹਰ ਸ਼ੈ, ਮਗਰ ਬੱਚਾ ਤੇ ਪਾਵੇ ਤੈਨੂੰ ਸੋਹਣੇ ਪਕਾ ਕੇ ਦੇਣ, ਪਾਣੀ ਆਉਣ ਲੱਗ, ਮੂੰਹ 'ਚ ਪਾਣੀ ਤੇਰੇ ਆਉਣਾ, ਲੇਕਿਨ ਇਹ ਆ ਕਿ ਤੂੰ ਕੁਛ ਪਹਿਲੇ ਕਰਕੇ ਦਿਖਾਉਣਾ ਸਰ, ਦਰਿਆ ਹੀ ਘੋੜੇ ਦੀ ਯਖਣੀ, ਪਰਫਾਰਮੈਂਸ ਅੱਛੀ ਨਾ ਕੀਤੀ ਫਿਰ ਸਿਰਫ ਮਰੀ ਖੋਤੀ ਦਾ ਮੇਦਾ ਮਿਲਿਆ ਕਰੇਗਾ ਤੈਨੂੰ, ਨਾ ਥੋੜੇ ਬਹੁਤੇ ਪੈਸੇ ਪਾਈਆ ਦੁੱਧ ਲਵਾ ਦਾਂਗੇ ਤੇਰਾ, ਤਾਜੀ ਖੋਤੇ ਦੀ ਉਹ ਜਿਹੜੀ ਖਾ ਲੈਣਾ ਤੂੰ, ਉਹ ਜਿਹੜੀ ਉਹ ਜਿਹੜੀ ਖੋਤੇ ਦੀ ਖਾ ਲਾ, ਖੋਤੇ ਦੀ ਉਹ ਜਿਹੜੀ ਖਾਇਆ ਕਰ, ਖੋਤੀ ਦੀ ਉਹ ਜਿਹੜੀ ਖਾਇਆ ਕਰ, ਭਾਜੀ ਉਹ ਕਾਲੀ ਮਿਰਚ ਪੱਕੀ ਹੁਣ ਬਹੁਤ ਹਦਾਇਤ ਲਈ ਪੱਕਦੀ ਹੈ, ਖਾ ਲੈਣਾ ਨਾ, ਕੁਛ ਪ੍ਰੇਸ ਤੇ ਨਹੀਂ, ਨਹੀਂ ਬਨੇਰੀ ਕੋਈ ਨਹੀਂ ਭਾਜੀ, ਚਾਹ ਤੇ ਮੇਦੇ ਅੰਦਰ ਭਾਜੀ, ਮਾੜੀ ਮੋਟੀ ਖੁਰਾਕ ਦੇ ਰੱਖਾਂਗੇ, ਕੰਮ ਕਰੇਗਾ ਆਪਣੇ, ਗੱਲ ਇਹ ਤੂੰ ਥੋੜਾ ਜਿਹਾ ਤੂੰ ਵੀ ਹੱਥ ਘੁੱਟ ਕੇ ਜਰਾ ਖਾ ਲਿਆ ਕਰ, ਅਸੀਂ ਫਿਰ ਸਾਡਾ ਕੰਮ ਚੱਲ ਪੇਗਾ, ਫਿਰ ਅਸੀਂ ਤੈਨੂੰ ਕਰ ਲਿਆ ਕਰਾਂਗੇ, ਭਾਜੀ ਤੁਹਾਡੇ ਸਟੂਡੀਓ ਜਿਹੜੇ ਲੋਕ ਆਉਂਦੇ ਪੇਟ ਘਟਾਉਣ ਆਉਂਦੇ ਆ, ਇੱਥੇ ਹੱਥ ਘੁੱਟੇ ਆਲਰੇਡੀ,
ਬਾਕੀ ਸਾਰੇ ਇਨਸਾਨ ਵਾਲੇ ਕੰਮ ਇਹਦੇ ਪਾਜੀ ਇੱਥੇ ਤੁਹਾਡੇ ਇੱਕ ਮੁੰਡਾ ਵਾ ਦਾਨਸ਼ ਉਹਨੂੰ ਪਿਛਲੀ ਵਾਰ ਸਾਰਾ ਦੱਸਿਆ ਮੇਰੇ ਨਾਲ ਤੇ ਤੇਰੀ ਕੋਈ ਦਵਸਤਾ ਜੀ ਇਹ ਦਿਨ ਦੋ ਨੰਬਰੀ ਕਰ ਰਹੇ ਮੇਰੀ ਜਗ੍ਹਾ ਤੇ ਆਣਾ ਚਾਹੁੰਦਾ ਬਾਜੀ ਜੁਗਤ ਬੜੀ ਵਾਇਰਲ ਹੋਈ ਕਿਡਾ ਰਿਹਾ ਖਾਲੀ ਪੇਟ ਦਵਾਈ ਖੜੀ ਕਹਿੰਦਾ ਅੱਛਾ ਸਟੂਡੀਓ ਜਾ ਖੜੀ ਹੈ ਉਹ ਬੜੀ ਜੁਗਤ ਬੜੀ ਵਾਇਰਲ ਹੋਈ ਭਾਜੀ ਯਾਰ ਤੂੰ ਜਿੰਨ ਆਪਣੀ ਸ਼ਕਤੀ ਨਾਲ ਦੱਸ ਚਮਚੀ ਵਾਲੀ ਮੇਰੀ ਜੁਗਤ ਤੂੰ ਫਿੱਕੀ ਹੈ ਕਿ ਸਹੀ ਹੈ ਓਏ ਉਹ ਕਾ ਆਪਣੇ ਚਰਚੇ ਆ ਲੋ ਜੀ ਨਾਲ ਆਪਣਾ ਖਿਆਲ ਰੱਖੋ ਭਾਜੀ ਗੱਲ ਇਹ ਹੈ ਕਿ ਅਸੀਂ ਇੱਕ ਪ੍ਰੋਗਰਾਮ ਬਣਾਇਆ ਕਿ ਸੱਤ ਦਿਨ ਠੀਕ ਆ ਜੀ ਸੱਤ ਦਿਨ 'ਚ ਇੱਕ ਦਿਨ ਜਿੰਨ ਇੱਕ ਦਿਨ ਸਾਇੰਸਦਾਨ ਇੱਕ ਦਿਨ ਖਵਾਜਾ ਸਰਾ ਇੱਕ ਦਿਨ ਕੋਈ ਲਾ ਲਓ ਕੋਈ ਹੋਰ ਤਿੰਨ ਚਾਰ ਅਸੀਂ ਫਾਈਨਲ ਕੀਤੇ ਆ ਅਤੇ ਤੁਹਾਡੇ ਵੀ ਗੁਜ਼ੇਨ 'ਚ ਆਵੇ ਕਿ ਯਾਰ ਇਹ ਵੀ ਕਰੈਕਟਰ ਇੱਕ ਲਿਆਓ ਅਸੀਂ ਉਹ ਵੀ ਲਿਆ ਕਰਾਂ ਅਸੀਂ ਸੱਤ ਦਿਨ ਉਹ ਸ਼ੋਅ ਕਰਿਆ ਕਰਾਂਗੇ ਠੀਕ ਆ ਨਾ ਅਤੇ ਆਪਣਾ ਬਹੁਤ ਖਿਆਲ ਰੱਖੋ ਅਤੇ ਰੱਬ ਰਾਖਾ ਕੱਲ੍ਹ ਫਿਰ ਤੁਹਾਡਾ ਮੁਲਾਕਾਤ ਹੁੰਦੀ ਹੈ ਲਵ ਯੂ